ਸਤਨਾਮ ਵਾਹੇ ਗੁਰੂ ਸਾਹਿਬ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪਿਖਿਆ, ਸੇ ਫਿਰ ਘਰ ਬਾਸ ਨਾ ਪਰਿਆ ਰੇ, ਵਾਹੇ ਗੁਰੂ ਸਾਹਿਬ ਜੀ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਬਿਖਿਆ ਰੰਗ ਕੂੜਾ ਬਿਆ, ਦਿਸਨ ਸਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ, ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ, ਹਰ ਮਿਲਣੈ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ, ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ, ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਣ ਹਾਰ, ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਪਰਮ ਸਨਮਾਨਯੋਗ ਜਗਤ ਜਲੰਧਰ ਦੇ ਮਾਲਕ ਭਗਤ ਵਤਸਲ ਕਿਰਪਾ ਨਿਦਾਨ ਗਰੀਬ ਨਿਵਾਜ ਸਤਿਗੁਰੂ
ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਵਰਤਾ ਕੇ ਸਾਨੂੰ ਸਭਨਾਂ ਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਅੰਦਰ ਅੱਜ ਦੇ ਇਸ ਪਾਵਨ ਦਿਹਾੜੇ ਸਾਵਣ ਮਹੀਨੇ ਦੀ ਸ਼ੁਰੂਆਤ ਵਾਲੇ ਦਿਨ, ਸੰਗਰਾਂਦ ਵਾਲੇ ਦਿਨ ਆਪਣੇ ਪਾਵਨ ਚਰਨਾਂ ਵਿੱਚ ਜੁੜ ਬੈਠਣ ਦਾ, ਆਪਣੀ ਸਿਫਤ ਵਡਿਆਈ ਕਹਿਣ ਸੁਣਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਗੁਰੂ ਕਿਰਪਾ, ਗੁਰੂ ਰਹਿਮਤ ਬਖਸ਼ਿਸ਼ ਸਦਕਾ ਜੋ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਅੰਦਰ ਸਾਨੂੰ ਇਸ 12 ਮਾਹ ਬਾਣੀ ਅੰਦਰ ਜੋ ਸਾਡੀ ਜ਼ਿੰਦਗੀ ਦੇ ਇਸ ਇੱਕ ਪੱਖ ਦੀ ਵਿਚਾਰ ਸਾਡੇ ਨਾਲ ਸਾਹਮਣੇ ਰੱਖ ਕੇ ਸਾਨੂੰ ਜੋ ਇਸ ਪਾਵਨ ਉਪਦੇਸ਼ ਰਾਹੀਂ ਸਮਝਾਇਆ ਹੈ, ਗੁਰੂ ਕਿਰਪਾ, ਗੁਰੂ ਰਹਿਮਤ ਬਖਸ਼ਿਸ਼ ਸਦਕਾ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਆਪ ਸਮੂਹ ਸਿੱਖ ਸੰਗਤਾਂ, ਆਪਣੇ ਹਿਰਦੇ ਵਿੱਚੋਂ ਅਸੀਸਾਂ ਬਖਸ਼ੋ। ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਸਿਰ ਉੱਪਰ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਲੈ ਲੈਣ। ਅਸੀਸਾਂ ਬਖਸ਼ਦੇ ਹੋਏ ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਤਾ ਜੀ ਨੇ ਸਾਨੂੰ ਅੱਜ ਦੇ ਇਸ ਪਾਵਨ ਬਚਨ ਰਾਹੀਂ ਸਮਝਾਇਆ। ਮਾਲਕ ਜੀ ਕਹਿੰਦੇ, ਸਾਵਣ ਸਰਸੀ ਕਾਮਣੀ, ਸਾਵਣ ਤੋਂ ਭਾਵ ਸਾਉਣ ਦਾ ਮਹੀਨਾ ਹੈ ਅਤੇ ਇਸ ਮਹੀਨੇ ਦੇ ਵਿੱਚ ਰਸ ਨਾਲ ਭਰੀ ਹੋਈ ਉਹ ਜੀਵ ਆਤਮਾ, ਜਿਸ ਜੀਵ ਆਤਮਾ ਦਾ ਹਿਰਦਾ, ਜਿਸ ਜੀਵ ਆਤਮਾ ਦਾ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ। ਸਾਹਿਬ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ, ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ, ਜਿਨ੍ਹਾਂ ਜੀਵ ਆਤਮਾਵਾਂ ਦਾ, ਜਿਹੜੀਆਂ ਰਸ ਨਾਲ ਭਰੀਆਂ ਨੇ, ਜਿਨ੍ਹਾਂ ਦਾ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਪ੍ਰੇਮ ਬਣਿਆ ਹੋਇਆ ਹੈ, ਦਾਤਾ ਜੀ ਇਸ ਸਾਵਣ ਦੇ ਮਹੀਨੇ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਨੇ। ਪਾਵਨ ਗੁਰਬਾਣੀ ਦੇ ਅੰਦਰ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਸ ਸਾਵਣ ਦੇ ਮਹੀਨੇ ਦੇ ਵਿੱਚ ਦੋਵੇਂ ਪੱਖ ਰੱਖੇ ਨੇ ਕਿ ਇਹ ਜਦੋਂ ਸਾਵਣ ਦਾ ਮਹੀਨਾ ਆਉਂਦਾ ਆ, ਇਹ ਕਿਹਨਾਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਉਂਦਾ ਆ ਅਤੇ ਕਿਹਨਾਂ ਵਾਸਤੇ ਫਿਰ ਇਹ ਜਿਹੜਾ ਸਾਵਣ ਦਾ ਮਹੀਨਾ ਉਹ ਸੁਹਾਵਣਾ ਨਹੀਂ ਹੁੰਦਾ। ਮੇਰੇ ਪਾਤਸ਼ਾਹ ਜੀ ਨੇ ਇਲਾਹੀ ਗੁਰਬਾਣੀ ਦੇ ਵਿੱਚ ਬੜੇ ਪਿਆਰੇ ਬਚਨ ਕੀਤੇ ਨੇ। ਮਾਲਕ ਜੀ ਕਹਿੰਦੇ, ਨਾਨਕ ਸਾਵਣ ਜੇ ਵਸੈ, ਜੇ ਸਾਵਣ ਦੇ ਮਹੀਨੇ ਦੇ ਵਿੱਚ ਬਰਸਾਤ ਹੁੰਦੀ ਏ, ਇਹਨੂੰ ਪਹਿਲਾਂ ਦੁਨਿਆਵੀ ਤੌਰ 'ਤੇ ਸਮਝੀਏ, ਫਿਰ ਗੁਰੂ ਸਾਹਿਬ ਨੇ ਇਹਦਾ ਜਿਹੜਾ ਭਾਵ ਅਰਥ ਜਾਂ ਕਹਿ ਲਈਏ ਕਿ ਸਾਨੂੰ ਆਤਮਿਕ ਤੌਰ 'ਤੇ ਕਿਸ ਤਰੀਕੇ ਨਾਲ ਲਾਹਾ ਮਿਲਦਾ ਆ, ਸਾਡੇ ਜੀਵਨ ਵਾਸਤੇ ਇਹ ਘਟਨਾ ਜੋ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਨੇ, ਇਹ ਕਿਵੇਂ ਸਾਡੀ ਜ਼ਿੰਦਗੀ ਵਿੱਚ ਕੰਮ ਕਰਦੀਆਂ ਨੇ, ਮਾਲਕ ਜੀ ਉਹਦੇ ਬਾਰੇ ਸਮਝਾ ਰਹੇ ਨੇ।
ਪਹਿਲਾਂ ਦੁਨਿਆਵੀ ਤੌਰ 'ਤੇ ਸਮਝੀਏ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਸਾਵਣ ਜੇ ਵਸੈ ਚਹੋ ਉਮਾਹਾ ਹੋਏ। ਜੇ ਸਾਵਣ ਦਾ ਮਹੀਨਾ ਇਹ ਵਸਦਾ ਆ, ਵਰਸਦਾ ਆ, ਤਾਂ ਚਾਰ ਜਾਣਿਆਂ ਦੀ ਜ਼ਿੰਦਗੀ ਅੰਦਰ ਖੇੜਾ ਬਣਦਾ। ਮਾਲਕ ਜੀ ਨੇ ਕਿਰਪਾ ਕੀਤੀ, ਰਹਿਮਤ ਬਖਸ਼ਿਸ਼ ਕੀਤੀ। ਮਾਲਕ ਜੀ ਕਹਿੰਦੇ ਨਾਗਾਂ ਮਿਰਗਾਂ ਮੱਛੀਆਂ, ਨਾਗਾਂ ਨਾਗ ਸੱਪ, ਮਿਰਗਾਂ ਹਿਰਨ, ਮੱਛੀਆਂ ਜਿਹੜੀਆਂ ਪਾਣੀ ਦੇ ਵਿੱਚ ਰਹਿੰਦੀਆਂ ਨੇ, ਰਸੀਆਂ ਘਰ ਧਨ ਹੋਏ, ਅਤੇ ਉਹਨਾਂ ਰਸ ਭੋਗਣ ਵਾਲੇ ਬੰਦਿਆਂ ਨੂੰ ਜਿਨ੍ਹਾਂ ਦੇ ਘਰੇ ਦੌਲਤ ਹੈ। ਅਸਲ ਵਿੱਚ ਇਹ ਸਾਹਿਬ ਜੀ ਨੇ ਕਿਵੇਂ ਕਿਹਾ ਕਿ ਚਹੋ ਉਮਾਹਾ ਹੋਏ। ਨਾਗਾਂ ਨੂੰ ਖੇੜਾ ਤਾਂ ਬਣਦਾ ਆ, ਜ਼ਮੀਨ ਠੰਡੀ ਪੈ ਜਾਂਦੀ ਏ ਅਤੇ ਉਹ ਫਿਰ ਆਪਣੀਆਂ ਖੁੱਡਾਂ ਦੇ ਵਿੱਚੋਂ ਬਾਹਰ ਨਿਕਲਦੇ ਨੇ। ਮਿਰਗਾਂ ਨੂੰ ਤਾਂ ਖੁਸ਼ੀ ਹੁੰਦੀ ਏ ਕਿਉਂਕਿ ਜਿਹੜੇ ਜੰਗਲ ਨੇ ਉਹਨਾਂ ਦੇ ਵਿੱਚ ਜਿਸ ਤਲਾਬ ਦੇ ਨੇੜੇ ਉਹ ਰਹਿੰਦੇ ਨੇ, ਗਰਮੀ ਦੀ ਜ਼ਿਆਦਾ ਰੁੱਤੂ ਹੋਣ ਕਰਕੇ, ਜ਼ਿਆਦਾ ਤਪਸ਼ ਹੋਣ ਕਰਕੇ ਪਾਣੀ ਦਾ ਵਾਸ਼ਪੀਕਰਨ ਹੁੰਦਾ, ਪਾਣੀ ਤਲਾਬਾਂ ਦੇ ਵਿੱਚ ਖਤਮ ਹੋ ਜਾਂਦਾ, ਜ਼ਮੀਨ ਉਹਨੂੰ ਜ਼ਿਆਦਾ ਸੋਖ ਲੈਂਦੀ ਏ। ਮੀਂਹ ਪੈਣ ਕਰਕੇ ਉਹ ਤਲਾਬ ਉਹ ਨਦੀਆਂ ਨਾਲੇ ਦੁਬਾਰਾ ਫਿਰ ਪਾਣੀ ਨਾਲ ਭਰਦੇ ਨੇ, ਅਤੇ ਜਿਹੜੇ ਹਿਰਨ ਨੇ ਮਿਰਗਾਂ ਨੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਫਿਰ ਮੱਛੀਆਂ ਨੂੰ ਵੀ ਬਿਲਕੁਲ ਇਸੇ ਤਰੀਕੇ ਦੇ ਨਾਲ ਖੇੜਾ ਹੁੰਦਾ ਆ ਕਿ ਉਹਨਾਂ ਦੀ ਜ਼ਿੰਦਗੀ ਵਾਸਤੇ, ਉਹਨਾਂ ਦੇ ਜੀਵਨ ਵਾਸਤੇ ਪਾਣੀ ਬਹੁਤ ਜ਼ਰੂਰੀ ਹੈ। ਮੀਂਹ ਪੈਣ ਕਰਕੇ ਤਲਾਬ ਨਦੀਆਂ ਟੋਭੇ ਛੱਪੜ ਇਹ ਭਰਦੇ ਨੇ ਅਤੇ ਉਹ ਖੁਸ਼ ਹੁੰਦੇ ਨੇ। ਫਿਰ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਰਸੀਆਂ ਘਰ ਧਨ ਹੋਏ। ਉਹਨਾਂ ਲੋਕਾਂ ਦੇ ਜ਼ਿੰਦਗੀ ਵਿੱਚ ਵੀ ਖੇੜਾ ਬਣਦਾ ਆ ਜਿਹੜੇ ਰਸ ਭੋਗਣ ਦੇ ਸ਼ੌਕੀਨ ਨੇ। ਆਮ ਤੌਰ 'ਤੇ ਪੰਜਾਬ ਦੇ ਵਿੱਚ ਜੇ ਵੇਖ ਲਈਏ ਤਾਂ ਮਾਲਪੂੜੇ ਜਾਂ ਖੀਰ ਅਤੇ ਮਾਲਪੂੜੇ ਆਪਾਂ ਪੰਜਾਬੀ ਲੋਕ ਆਮ ਤੌਰ 'ਤੇ ਮਨਾਉਂਦੇ ਹਾਂ। ਇਹ ਸਾਡਾ ਇੱਕ ਕਹਿ ਲਓ ਕਿ ਸਮਾਜਿਕ ਤੌਰ 'ਤੇ, ਸੱਭਿਆਚਾਰਕ ਤੌਰ 'ਤੇ ਸਾਵਣ ਦੇ ਮਹੀਨੇ ਦਾ ਇੱਕ ਪਸੰਦੀਦਾ ਖਾਣਾ ਵੀ ਹੈ। ਅਸੀਂ ਘਰਾਂ ਦੇ ਵਿੱਚ ਪਕੌੜੇ ਕੱਢਦੇ ਹਾਂ। ਉਹ ਕਾਰਨ ਹੁੰਦਾ ਇਹੀ ਹੈ ਕਿ ਜਿਨ੍ਹਾਂ ਦੇ ਕੋਲ ਚਾਰ ਛਿੱਲੜ ਹੈਗੇ ਨੇ, ਜਿਨ੍ਹਾਂ ਕੋਲ ਚਾਰ ਪੈਸੇ ਹੈਗੇ ਨੇ, ਰਸੀਆਂ ਘਰ ਧਨ ਹੋਏ, ਜਿਨ੍ਹਾਂ ਦੇ ਘਰੇ ਪੈਸੇ ਹੈਗੇ ਨੇ ਉਹ ਫਿਰ ਇਵੇਂ ਦੇ ਕੰਮ ਕਰਦੇ ਨੇ। ਇਹਨੂੰ ਅਸਲ ਜ਼ਿੰਦਗੀ ਤੋਂ ਜੇ ਦੁਨਿਆਵੀ ਤੌਰ ਤੋਂ ਹਟ ਕੇ ਵੇਖੀਏ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਇਹ ਰੱਬ ਦੀ ਮਿਹਰ ਵਾਲਾ ਸਾਵਣ ਦਾ ਮਹੀਨਾ ਜਿਹੜਾ ਵਰਸਦਾ ਨਾ, ਉਹ ਚਾਰ ਜਣਿਆਂ ਦੀ ਜ਼ਿੰਦਗੀ ਵਿੱਚ ਖੇੜਾ ਲੈ ਕੇ ਆਉਂਦਾ ਆ ਨਾਗਾਂ, ਕਿਉਂਕਿ ਉਹ ਬੰਦਾ ਅਸਲ ਦੇ ਵਿੱਚ ਆਪਣੇ ਅੰਦਰਲੇ ਜਿੱਥੇ ਉਹ ਲੁੱਕ ਕੇ ਵਿਕਰਮ ਕਮਾਉਂਦਾ ਸੀ, ਉਹ ਕਿਤੇ ਨਾ ਕਿਤੇ ਆਪਣੇ ਗੁਰੂ ਸਾਹਮਣੇ ਜੋਦੜੀਆਂ ਕਰ ਕਰਕੇ ਉਹ ਗੁਰੂ ਤੋਂ ਗੁਰਸੀਤਲ ਨਾਮ ਦੀ ਉਹ ਵਾਲੀ ਘਟਨਾ ਉਹਦੀ ਜ਼ਿੰਦਗੀ ਵਿੱਚ ਵਰਤਦੀ ਹੈ ਅਤੇ ਫਿਰ ਉਹ ਓਹਲਾ ਪਾਣਾ ਜਿਹੜਾ ਉਹਦੀ ਜ਼ਿੰਦਗੀ ਦਾ ਉਹ ਖਤਮ ਕਰ ਦਿੰਦਾ। ਬਿਲਕੁਲ ਹਿਰਨਾਂ ਦੀ ਜ਼ਿੰਦਗੀ ਵਿੱਚ ਵੀ ਜਿਹੜੀ ਪਿਆਸ ਹੈ, ਪ੍ਰਭੂ ਦਰਸ਼ਨਾਂ ਦੀ ਇੱਕ ਜੀਵਾਤਮਾ ਦੇ ਅੰਦਰ ਪਿਆਸ ਹੁੰਦੀ ਹੈ, ਉਹ ਪਿਆਸ ਵਾਹਿਗੁਰੂ ਦਾ ਜਿਹੜਾ ਇਹ ਪ੍ਰੇਮ ਜਲ ਉਹ ਦੂਰ ਕਰਦਾ ਆ। ਮੱਛੀ ਦੇ ਵਾਂਗੂ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਵੀ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਵਿੱਚ ਖੜ੍ਹੀ ਹੈ ਅਤੇ ਉਹ ਪ੍ਰਭੂ ਦਾ ਜਿਹੜਾ ਪ੍ਰੇਮ ਰੂਪੀ ਜਲ ਵਰਸਦਾ ਨਾ, ਉਹਦੇ ਨਾਲ ਫਿਰ ਸਾਨੂੰ ਖੇੜਾ ਮਿਲਦਾ ਆ। ਅਤੇ ਬਿਲਕੁਲ ਜਿਹੜੇ ਪ੍ਰਭੂ ਦਾ ਰਸ ਲੈਣ ਵਾਲੇ ਨੇ, ਜਿਨ੍ਹਾਂ ਦੇ ਕੋਲ ਨਾਮ ਧਨ ਹੈ, ਉਹ ਇਹਦਾ ਰਸ ਲੈਂਦੇ ਨੇ। ਹੁਣ ਚਾਰ ਜਣਿਆਂ ਨੂੰ ਵਿਛੋੜਾ ਹੁੰਦਾ ਆ। ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਨਾਨਕ ਸਾਵਣ ਜੇ ਵਸੈ। ਜੇ ਇਹ ਸਾਵਣ ਦਾ ਮਹੀਨਾ ਵਰਸਦਾ ਆ, ਚੌਂ ਵਿਛੋੜਾ ਹੋਏ, ਚਾਰ ਜਣਿਆਂ ਨੂੰ ਫਿਰ ਵਿਛੋੜਾ ਬੜਾ ਵੱਡਾ ਹੁੰਦਾ ਆ। ਸਾਹਿਬ ਜੀ ਕਿਹਨਾਂ ਕਿਹਨਾਂ ਨੂੰ ਵਿਛੋੜਾ ਹੁੰਦਾ? ਕਹਿੰਦੇ ਗਾਈਂ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਗਾਈਂ ਪੁੱਤਾਂ ਬਲਦਾਂ ਨੂੰ, ਉਹਦਾ ਕਾਰਨ ਕਿਉਂਕਿ ਜ਼ਮੀਨ ਪੋਲੀ ਹੁੰਦੀ ਹੈ ਸਾਵਣ ਦੇ ਮਹੀਨੇ ਦੇ ਵਿੱਚ। ਆਪਣੇ ਆਮ ਤੌਰ 'ਤੇ ਹੁਣ ਤਾਂ ਪਹਿਲਾਂ ਸਾਵਣ ਤੋਂ ਪਹਿਲਾਂ ਲੋਕ ਖੇਤੀ ਕਰਨ ਲੱਗ ਪੈਂਦੇ ਨੇ ਕਿਉਂਕਿ ਸਾਧਨ ਬਦਲ ਗਏ ਨੇ, ਨਹੀਂ ਤਾਂ ਅੱਜ ਵੀ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਇੱਕ ਸਾਉਣੀ ਦੀ ਫਸਲ ਆ, ਇੱਕ ਹਾੜੀ ਦੀ। ਬਿਲਕੁਲ ਇਸ ਤਰੀਕੇ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ, ਰਹਿਮਤ ਬਖਸ਼ਿਸ਼ ਕਰਦਾ ਆ। ਕਹਿੰਦੇ ਨੇ ਗਾਈਂ ਪੁੱਤਾਂ ਬਲਦਾਂ ਨੂੰ, ਕਿਉਂਕਿ ਜ਼ਮੀਨ ਪੋਲੀ ਹੁੰਦੀ, ਖੇਤਾਂ ਵਿੱਚ ਪਾਣੀ ਖੜ੍ਹ ਜਾਂਦਾ ਸੀ ਅਤੇ ਜਿਹੜੇ ਜ਼ਿਮੀਂਦਾਰ ਲੋਕ ਹੁੰਦੇ ਸਨ ਉਹ ਬਲਦਾਂ ਨੂੰ ਫਿਰ ਹਲ ਅੱਗੇ ਜੋੜਦੇ ਸਨ, ਅਤੇ ਹਲ ਅੱਗੇ ਜਦੋਂ ਜੋੜਦੇ ਸਨ ਫਿਰ ਉਹਨਾਂ ਨੂੰ ਦੁੱਖ ਹੁੰਦਾ ਸੀਗਾ। ਫਿਰ ਸਾਹਿਬ ਜੀ ਕਹਿੰਦੇ ਨਿਰਤਨਾ, ਜਿਨ੍ਹਾਂ ਕੋਲ ਪੈਸਾ ਨਹੀਂ ਹੈ ਉਹਨਾਂ ਨੂੰ ਕਿਵੇਂ? ਕਿਉਂਕਿ ਉਹਨਾਂ ਦਾ ਕੰਮ ਰੁਕ ਜਾਂਦਾ ਸੀ, ਕਿਉਂਕਿ ਜਿੱਥੋਂ ਉਹਨਾਂ ਨੇ ਕਮਾਉਣਾ ਸੀ ਉਹ ਰਸਤਾ ਫਿਰ ਮੀਂਹ ਪੈਣ ਕਰਕੇ, ਕਹਿ ਲਈਏ ਕਿ ਕੰਮ ਬੰਦ ਹੋ ਜਾਂਦਾ ਮੀਂਹ ਪੈਣ ਕਰਕੇ, ਕਿਸੇ ਵੀ ਤਰੀਕੇ ਨਾਲ
ਫਿਰ ਉਹਨਾਂ ਦਾ ਕੰਮ ਨਹੀਂ ਚੱਲਦਾ ਅਤੇ ਉਹਨਾਂ ਦੇ ਘਰ ਰੋਟੀ ਪਾਣੀ ਦਾ ਔਖਾ ਹੋ ਜਾਂਦਾ ਹੈ। ਗਾਈਂ ਪੁੱਤਾਂ ਬਲਦਾਂ ਨੂੰ ਨਿਰਤਨਾ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਜਾਂ ਕੰਮ ਕਰਕੇ ਖਾਣ ਵਾਲੇ ਲੋਕ ਨੇ, ਫਿਰ ਪੰਥੀ, ਪੰਥੀ ਦਾ ਅਰਥ ਪਾਂਧੀ, ਉਹ ਲੋਕ ਜਿਹੜੇ ਸਫ਼ਰ ਕਰਦੇ ਸਨ ਉਹਨਾਂ ਵਾਸਤੇ ਬੜੀ ਮੁਸ਼ਕਲ ਆਉਂਦੀ ਸੀ ਕਿਉਂਕਿ ਰਾਹ ਕੱਚੇ ਹੁੰਦੇ ਸਨ, ਮੀਂਹ ਪੈ ਜਾਂਦਾ ਸੀਗਾ ਅਤੇ ਫਿਰ ਉਹਨਾਂ ਵਾਸਤੇ ਸਫ਼ਰ ਕਰਨਾ ਬੜਾ ਔਖਾ ਹੋ ਜਾਂਦਾ ਸੀ। ਇਹ ਨਾ ਸੋਚਿਆ ਜੇ ਵੀ ਕੱਚੇ ਰਾਹਾਂ ਦੀ ਗੱਲ ਆ, ਅੱਜ ਵੀ ਭਾਵੇਂ ਸੜਕਾਂ ਪੱਕੀਆਂ ਨੇ, ਮੀਂਹ ਪੈਂਦੇ ਵਿੱਚ ਗੱਡੀ ਚਲਾਉਣੀ ਵੀ ਬੜੀ ਔਖੀ ਹੈ ਕਿਉਂਕਿ ਗੱਡੀ ਦੇ ਸਲਿੱਪ ਹੋਣ ਦਾ ਵੀ ਇੱਕ ਡਰ ਬਣਿਆ ਰਹਿੰਦਾ ਆ। ਫਿਰ ਅੱਗੇ ਸਾਹਿਬ ਜੀ ਕਹਿੰਦੇ ਨੇ ਚਾਕਰ, ਜਿਹੜੇ ਚਾਕਰ ਨੇ, ਨੌਕਰ ਨੇ, ਕਿਸੇ ਅਮੀਰ ਬੰਦਿਆਂ ਦੇ ਘਰ ਕੰਮ ਕਰਨ ਵਾਲੇ, ਘਰ ਵਿੱਚ ਚਿੱਕੜ ਹੋ ਗਿਆ, ਜਿੱਥੇ ਉਹਨਾਂ ਨੇ ਪਸ਼ੂ ਰੱਖੇ ਨੇ ਜਾਂ ਹੋਰ ਥਾਂ, ਜਿੱਥੇ ਵੀ ਕੋਈ ਖਿਲਾਰਾ ਖਿਲਰਦਾ ਮੀਂਹ ਪੈਣ ਕਰਕੇ, ਉਹ ਫਿਰ ਮਾਲਕ ਆਪਣੇ ਨੌਕਰ ਨੂੰ ਕਹਿੰਦਾ ਵੀ ਮੀਂਹ ਪੈਂਦੇ ਦੇ ਵਿੱਚ ਹੁਣ ਇਹਨੂੰ ਹੱਲ ਕਰ। ਉੱਥੇ ਜਿਹੜੇ ਨੌਕਰ ਨੇ ਉਹ ਬੜੇ ਪਰੇਸ਼ਾਨ ਹੁੰਦੇ ਨੇ। ਮੇਰੇ ਪਾਤਸ਼ਾਹ ਜੀ ਨੇ ਸਾਨੂੰ ਇਹ ਦੋ ਪੱਖ ਦਿੱਤੇ ਨੇ। ਮਾਲਕ ਜੀ ਨੇ ਇਹ ਵੀ ਸਮਝਾਇਆ ਆ ਕਿ ਅਸਲ ਦੇ ਵਿੱਚ ਇਹ ਜ਼ਿੰਦਗੀ ਦੇ ਵਿੱਚ ਕਿੰਨਾ ਕਿੰਨਾ ਦੀ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਦੁੱਖ ਦਾ ਇਹ ਵਿਛੋੜਾ ਉਹ ਬਣਿਆ ਰਹਿੰਦਾ। ਪਰ ਸਾਹਿਬ ਨੇ ਇੱਕ ਸੁਚੇਤ ਕੀਤਾ, ਕਹਿਣ ਲੱਗੇ ਸਾਵਣ ਸਰਸੀ ਕਾਮਣੀ ਚਰਨ ਕਮਲ ਸੋਂ ਪਿਆਰ। ਜਿਹੜੇ ਪ੍ਰਭੂ ਦੇ ਚਰਨਾਂ ਨਾਲ ਜੁੜੇ ਹੋਏ ਨੇ ਉਹਨਾਂ ਦੇ ਉੱਪਰ ਇਹ ਚੀਜ਼ਾਂ ਲਾਗੂ ਨਹੀਂ ਹੁੰਦੀਆਂ। ਉਹਨਾਂ ਦੇ ਅੰਦਰ ਉਹ ਮਾਹਾ ਤਾਂ ਹੈ, ਵਿਛੋੜਾ ਨਹੀਂ ਹੈ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਸਾਨੂੰ ਸਮਝਾਇਆ, ਕਹਿੰਦੇ ਸਾਵਣ ਆਇਆ ਹੇ ਸਖੀ ਕੰਤਾ ਚਿੱਤ ਕਰੇ ਹੋ। ਉਹ ਸਾਵਣ ਦਾ ਮਹੀਨਾ ਆਇਆ, ਉਸ ਪ੍ਰਭੂ ਨੂੰ ਚੇਤੇ ਕਰ, ਉਸ ਪ੍ਰਭੂ ਦੀ ਯਾਦ ਵਿੱਚ ਜੁੜ। ਨਾਨਕ ਝੂਰ ਮਰ ਹੈ ਦੁਹਾਗਣੀ ਜਿਨ ਅਵਰੀ ਲੱਗਾ ਨੇ ਹੋ। ਕਹਿੰਦੇ ਉਹਨਾਂ ਨੂੰ ਤਾਂ ਮਰ ਜਾਣਾ ਚਾਹੀਦਾ ਜਿਹੜੇ ਇਸ ਸਾਵਣ ਦੇ ਮਹੀਨੇ ਦੇ ਵਿੱਚ ਵੀ ਉਸ ਪ੍ਰਭੂ ਤੋਂ ਵਿਛੜ ਕੇ ਜ਼ਿੰਦਗੀ ਬਤੀਤ ਕਰਦੇ ਨੇ। ਉਹਨਾਂ ਨੂੰ ਮਰ ਜਾਣਾ ਚਾਹੀਦਾ, ਉਹਨਾਂ ਦਾ ਇਸ ਸੰਸਾਰ ਵਿੱਚ ਜਿਉਣ ਦਾ ਕੋਈ ਹੱਕ ਨਹੀਂ। ਉਹ ਵਾਹਿਗੁਰੂ ਹੱਕ ਕਿਉਂ ਨਹੀਂ? ਕਹਿੰਦੇ ਸਤਿਗੁਰਾਂ ਨੇ ਤੇਰੇ ਲਈ ਐਡੀ ਸੋਹਣੀ ਕਾਇਨਾਤ ਬਣਾਈ, ਐਡੇ ਵੱਡੇ ਰੌਣਕ ਬਣਾਈ ਹੈ, ਅਤੇ ਤੂੰ ਫਿਰ ਵੀ ਉਹਨੂੰ ਭੁੱਲ ਜਾਵੇਂ? ਫਿਰ ਮਾਲਕ ਜੀ ਨੇ ਅੱਗੇ ਇੱਕ ਹੋਰ ਬਖਸ਼ਿਸ਼ ਕੀਤੀ। ਮਾਲਕ ਜੀ ਕਹਿੰਦੇ ਸਾਵਣ ਆਇਆ ਹੇ ਸਖੀ ਜਲ ਹਰ ਬਰਸਨਹਾਰ। ਯਾਦ ਰੱਖੀ ਇਹ ਤੇਰੀ ਜ਼ਿੰਦਗੀ ਦੇ ਵਿੱਚ ਉਹਨੇ ਰਹਿਮਤ ਦਾ ਜਿਹੜਾ ਬੱਦਲ ਆ ਉਹ ਲਿਆਉਂਦੇ ਹੀ ਰਹਿਣਾ ਅਤੇ ਉਹਨੇ ਵਰਸਦੇ ਹੀ ਰਹਿਣਾ ਆ, ਜਿਹੜੀ ਪ੍ਰਭੂ ਦੀ ਰਹਿਮਤ ਵਾਲਾ ਬੱਦਲ ਹੈ। ਅਤੇ ਮਾਲਕ ਜੀ ਸਮਝਾਉਂਦੇ ਨੇ, ਕਹਿੰਦੇ ਨਾਨਕ ਸੁੱਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਕਹਿੰਦੇ ਉਹਨਾਂ ਦੀ ਜ਼ਿੰਦਗੀ ਬੜੀ ਸੁਹਾਵਣੀ ਹੋ ਜਾਂਦੀ, ਬੜੀ ਪਿਆਰੀ ਹੋ ਜਾਂਦੀ ਹੈ ਜਿਨ੍ਹਾਂ ਦਾ ਆਪਣੇ ਪ੍ਰਭੂ ਪ੍ਰੀਤਮ ਨਾਲ ਪਿਆਰ ਬਣ ਗਿਆ ਆ। ਸਾਹਿਬ ਨੇ ਦੋਵੇਂ ਪੱਖ ਦਿੱਤੇ ਨੇ, ਮਾਲਕ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਦੇ ਨੇ, ਸਾਨੂੰ ਸਮਝਾ ਰਹੇ ਨੇ, ਸਾਡੇ 'ਤੇ ਬਖਸ਼ਿਸ਼ ਕਰਦੇ ਨੇ। ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਜਿਨ੍ਹਾਂ ਦਾ ਉਸ ਪ੍ਰਭੂ ਦੇ ਚਰਨਾਂ ਕਮਲਾਂ ਨਾਲ ਪਿਆਰ ਬਣ ਗਿਆ, ਕਹਿੰਦੇ ਉਹਨਾਂ ਦਾ ਇਸ ਸਾਵਣ ਦੇ ਮਹੀਨਾ ਜਿਹੜਾ ਆ ਉਹ ਸਫਲ ਆਇਆ। ਅਤੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਅੱਜ ਇਸ ਸ਼ਬਦ ਦੇ ਵਿੱਚ ਉਹਨਾਂ ਜੁੜਿਆਂ ਹੋਇਆਂ ਦੀ ਜਿਹੜੇ ਪ੍ਰਭੂ ਨਾਲ ਇੱਕ ਮਿਕ ਹੋ ਗਏ ਨੇ, ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਕੈਸੀ ਬਖਸ਼ਿਸ਼ ਹੁੰਦੀ। ਮਾਲਕ ਜੀ ਕਹਿੰਦੇ ਮਨ ਤਨ ਰੱਤਾ, ਉਹਨਾਂ ਦਾ ਮਨ ਵੀ ਅਤੇ ਤਨ ਵੀ, ਦੋਵੇਂ ਚੀਜ਼ਾਂ ਇੱਕ ਨਹੀਂ। ਮਨ ਤਨ ਰੱਤਾ ਸੱਚ ਰੰਗ, ਉਹਨਾਂ ਦਾ ਮਨ ਅਤੇ ਤਨ ਦੋਵੇਂ ਇੱਕ ਚੀਜ਼ ਨਾਲ ਜੁੜ ਗਏ ਨੇ। ਕਿਹਦੇ ਨਾਲ? ਸੱਚ ਰੰਗ, ਸੱਚੇ ਰੰਗ ਨਾਲ। ਅਤੇ ਸੱਚਾ ਰੰਗ ਕਿਹੜਾ ਆ? ਉਸ ਪ੍ਰਭੂ ਦੀ ਯਾਦ ਵਾਲਾ, ਜਿਹਨੂੰ ਸਾਹਿਬ ਜੀ ਕਹਿੰਦੇ ਨੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਪ੍ਰਭ ਪਾਇਆ ਸੁਖਦਾਈਆ, ਮਿਲਿਆ ਸੁਖ ਪਾਏ। ਉਹ ਜਿਹੜੇ ਪ੍ਰਭੂ ਦੇ ਨਾਮ ਵਾਲਾ ਰੰਗ ਹੈ ਨਾ, ਇਹ ਫਿਰ ਜਦੋਂ ਏਕਰੀ ਲੱਗ ਜਾਂਦਾ ਨਾ, ਇਹ ਲੈਂਦਾ ਨਹੀਂ ਗਾ। ਸਾਹਿਬ ਨੇ ਸਾਨੂੰ ਸਮਝਾਇਆ ਵੀ ਸੀ, ਕਹਿਣ ਲੱਗੇ ਕਿ ਉਸ ਪ੍ਰਭੂ ਦੇ ਪ੍ਰੇਮ ਵਾਲਾ ਜਦੋਂ ਰੰਗ ਲੱਗਦਾ ਆ ਤਾਂ ਉਹ ਫਿਰ ਲੈਂਦਾ ਨਹੀਂ। ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ, ਨਾ ਉਹਨੂੰ ਕੋਈ ਦਾਗ ਲੱਗਦਾ ਆ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਮਨ ਤਨ ਰੱਤਾ, ਮਨ ਅਤੇ ਤਨ ਦੋਵੇਂ ਰੱਤੇ ਨੇ। ਕਈ ਸੱਜਣ ਇਹ ਗੱਲ ਕਹਿੰਦੇ ਨੇ ਜੀ ਅਸੀਂ ਮਨ ਕਰਕੇ ਅਤੇ ਗੁਰੂ ਨਾਲ ਜੁੜੇ ਹਾਂ, ਪਰ ਅਸੀਂ ਤਨ ਕਰਕੇ ਗੁਰੂ ਨਾਲ ਨਹੀਂ ਜੁੜੇ। ਵੀ ਜੇ ਅਸੀਂ ਅੰਮ੍ਰਿਤ ਨਹੀਂ ਛਕਿਆ ਤਾਂ ਅਸੀਂ ਵੀ ਤਾਂ ਤੁਹਾਡੇ ਵਰਗੇ ਗੁਰੂ ਵਾਲੇ ਹਾਂ। ਜੇ ਅਸੀਂ ਦਾੜੀ ਕਟਾ ਲੈਂਦੇ ਹਾਂ ਤਾਂ ਅਸੀਂ ਵੀ ਤਾਂ ਗੁਰੂ ਵਾਲੇ ਹਾਂ। ਜੇ ਅਸੀਂ ਕਦੇ ਕਦੇ ਵਿਆਹ ਸ਼ਾਦੀਆਂ ਦੇ ਵਿੱਚ ਸ਼ਰਾਬਾਂ ਵਰਤਾ ਵੀ ਦਿੰਦੇ ਜਾਂ ਪੀ ਲੈਂਦੇ ਹਾਂ ਤਾਂ ਫਿਰ ਅਸੀਂ ਗੁਰੂ ਵਾਲੇ ਹੀ ਹਾਂ, ਤੁਹਾਡੇ ਵਰਗੇ ਹੀ ਹਾਂ, ਸਾਡੇ 'ਚ ਤੁਹਾਡੇ ਨਾਲੋਂ ਭਾਵਨਾ ਵੱਧ ਹੈ। ਇੱਕ ਨੁਕਤਾ ਯਾਦ ਰੱਖਿਆ ਜੀ, ਜਦੋਂ ਕੋਈ ਗੱਲ ਭਾਵਨਾ ਦੀ ਕਰਦਾ ਜਾਂ ਗੁਰੂ ਵਾਲੇ ਹੋਣ ਦੀ ਗੱਲ ਕਰਦਾ,
ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕੋ ਕਸਵੱਟੀ ਰੱਖੀ ਹੈ, ਇੱਕੋ ਕਸਵੱਟੀ ਰੱਖੀ ਹੈ ਕਿ ਗੁਰ ਸਤਿਗੁਰ ਕਾ ਜ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨ ਆਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਦੋਖ ਪਾਪ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਅਤੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਇੱਕ ਜੁੜੇ ਹੋਏ ਗੁਰਸਿੱਖ ਦੀ ਗੱਲ ਕੀਤੀ ਨਾ, ਇੱਕ ਗੱਲ ਯਾਦ ਰੱਖਣਾ, ਜਿਸ ਦਰਖਤ ਦੀਆਂ ਜੜ੍ਹਾਂ ਅੰਦਰੋਂ ਹਰੀਆਂ ਹੋਣ ਉਹਦੇ ਪੱਤੇ ਫੇਰ ਹੀ ਬਾਹਰੋਂ ਹਰੇ ਹੁੰਦੇ ਨੇ, ਪਰ ਜੇ ਆਪਾਂ ਕਹੀਏ ਵੀ ਜੜ੍ਹਾਂ ਅੰਦਰੋਂ ਸੁੱਕੀਆਂ ਨੇ ਪੱਤੇ ਬਾਹਰੋਂ ਹਰੇ ਨੇ, ਇਹ ਅਸਲ ਲਫ਼ਜ਼ਾਂ ਵਿੱਚ ਭਰਮ ਤਾਂ ਹੋ ਸਕਦਾ, ਝੂਠ ਤਾਂ ਹੋ ਸਕਦਾ, ਸੱਚਾਈ ਨਹੀਂ ਗੀ। ਕਿਉਂਕਿ ਜਦੋਂ ਜੜ੍ਹਾਂ ਹੀ ਸੁੱਕੀਆਂ ਪਈਆਂ ਨੇ ਫਿਰ ਪੱਤੇ ਕਿਵੇਂ ਹਰੇ ਹੋ ਲੈਣਗੇ? ਤੁਸੀਂ ਕਹਿ ਰਹੇ ਹੋ ਕਿ ਅਸੀਂ ਅੰਦਰੋਂ ਜੁੜੇ ਹਾਂ ਪਰ ਸਾਡੇ ਬਾਹਰ ਰੌਣਕ ਨਹੀਂ ਹੈਗੀ, ਇਹ ਝੂਠ ਹੈ, ਇਹ ਨਹੀਂ ਹੋ ਸਕਦਾ। ਜਾਂ ਇਹ ਮੰਨੋ ਕਿ ਜਿਹੜੇ ਤੁਹਾਡੇ ਬਾਹਰ ਹਰਿਆਵਲ ਨਹੀਂ ਆਈ, ਚਿਹਰੇ 'ਤੇ ਰੌਣਕ ਨਹੀਂ ਆਈ, ਉਹ ਗੁਰੂ ਨਾਨਕ ਸਾਹਿਬ ਵਾਲਾ ਸਰੂਪ ਹਾਲੇ ਨਹੀਂ ਆਇਆ, ਤਾਂ ਇਹ ਗੱਲ ਮੰਨਣੀ ਪਏਗੀ ਕਿ ਅੰਦਰੋਂ ਹਾਲੇ ਅਸੀਂ ਟੁੱਟੇ ਹਾਂ। ਇਸ ਗੱਲ ਨਾਲ ਸਾਨੂੰ ਸਹਿਮਤ ਹੋਣਾ ਪਏਗਾ, ਚਾਹੇ ਹੁਣ ਉਜਗੇ ਚਾਹੇ ਰੁਕ ਕੇ ਉਜਗੇ, ਪਰ ਇਹ ਗੱਲ ਮੰਨਣੀ ਪਏਗੀ। ਇਸ ਕਰਕੇ ਆਪਣੇ ਆਪ ਨੂੰ ਭਰਮ 'ਚ ਨਾ ਰੱਖੋ ਵੀ ਅਸੀਂ ਅੰਦਰੋਂ ਜੁੜੇ ਹਾਂ, ਅਸੀਂ ਬਾਹਰੋਂ ਨਹੀਂ ਜੁੜੇ ਤਾਂ ਫਿਰ ਕੀ ਹੋ ਗਿਆ। ਨਹੀਂ, ਸਮਾਜ ਦੇ ਵਿੱਚ ਉਹੀ ਪ੍ਰਵਾਨ ਘਰਵਾਲੀ ਉਹਨੂੰ ਹੀ ਕਿਹਾ ਜਾਂਦਾ ਜਿਹੜੀ ਚਾਰ ਲਾਵਾਂ ਲੈ ਕੇ ਘਰ ਆ ਜਾਵੇ। ਜੇ ਇਹਦੇ ਨਾਲ ਮੰਗਣੀ ਹੋਈ ਉਹਨੂੰ ਤੁਸੀਂ ਘਰਵਾਲੀ ਨਹੀਂ ਕਹਿ ਸਕਦੇ ਵੀ ਮੇਰੀ ਘਰਵਾਲੀ ਆ, ਮੰਗੇਤਰ ਕਿਹਾ ਜਾਂਦਾ ਆ ਉਹਨੂੰ, ਮੰਗੇਤਰ ਕਹਿੰਦੇ, ਘਰਵਾਲੀ ਨਹੀਂ ਕਹਿ ਸਕਦੇ। ਮੰਗੇਤਰ ਨਾਲ ਕਦੇ ਵੀ ਉਵੇਂ ਦਾ ਵਿਵਹਾਰ ਨਹੀਂ ਕਰ ਸਕਦੇ ਜਿਵੇਂ ਅਸੀਂ ਆਪਣੀ ਘਰਵਾਲੀ ਨਾਲ ਕਰਦੇ ਹਾਂ। ਪਰ ਇਸ ਗੱਲ ਨੂੰ ਸਮਝੀਏ, ਮੇਰਾ ਸਤਿਗੁਰੂ ਸਾਡੇ 'ਤੇ ਤਰਸ ਕਰੇ, ਜਿਹੜੇ ਰੱਬ ਦੇ ਪਿਆਰੇ ਨੇ ਉਹ ਮਨ ਕਰਕੇ ਵੀ ਜੁੜੇ ਨੇ, ਤਨ ਕਰਕੇ ਵੀ ਜੁੜੇ ਨੇ। ਮਨ ਤਨ ਰੱਤਾ ਸੱਚ ਰੰਗ, ਉਹ ਸੱਚੇ ਰੰਗ ਨਾਲ ਜੁੜੇ ਨੇ, ਇੱਕੋ ਨਾਮ ਆਧਾਰ, ਉਹਨਾਂ ਦੀ ਜ਼ਿੰਦਗੀ ਦਾ ਇੱਕ ਹੀ ਆਸਰਾ ਆ, ਉਹ ਪ੍ਰਭੂ ਦਾ ਨਾਮ, ਜਿਹਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਿਹਾ ਸੀ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਇਹ ਸਾਚਾ ਨਾਮ ਆਧਾਰ ਕਿਉਂ ਹੈ? ਕਿਉਂਕਿ ਇਸ ਨਾਮ ਦੀ ਬਰਕਤ ਨਾਲ ਮੈਨੂੰ ਜ਼ਿੰਦਗੀ ਵਿੱਚ ਸਭ ਕੁਝ ਮਿਲੇਗਾ, ਅਤੇ ਇਸ ਨਾਮ ਦੀ ਬਰਕਤ ਦੇ ਨਾਲ। ਸਾਹਿਬ ਜੀ ਨੂੰ ਪੁੱਛਿਆ, ਦਾਤਾ ਜੀ ਕੀ ਹੁੰਦਾ? ਕਹਿੰਦੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕਾ ਰਾਮ ਵਸੈ ਮਨ ਮਾਹੇ। ਉਹਨਾਂ ਦੀ ਜ਼ਿੰਦਗੀ ਵਿੱਚ ਇਹ ਖੇੜਾ ਬਣ ਜਾਂਦਾ ਆ, ਬਖਸ਼ਿਸ਼ ਹੋ ਜਾਂਦੀ ਹੈ, ਨਾ ਉਹ ਮਰਦੇ ਨੇ ਨਾ ਉਹ ਠੱਗੇ ਜਾਂਦੇ ਨੇ। ਕਿਹੜੇ? ਜਿਨ ਕਾ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪ੍ਰਭੂ ਪ੍ਰੀਤਮ ਵੱਸ ਜਾਂਦਾ ਆ। ਅਤੇ ਸਾਹਿਬ ਜੀ ਤਰਸ ਕਰਦੇ ਨੇ, ਕਹਿੰਦੇ, ਵਿਖਿਆ ਰੰਗ ਕੂੜਾਵਿਆ ਦਿਸਣ ਸਭੇ ਛਾਰ। ਉਹਨਾਂ ਜਿਹੜੇ ਗੁਰਸਿੱਖ ਨੇ ਜਿਨ੍ਹਾਂ ਦਾ ਇੱਕੋ ਨਾਮ ਆਧਾਰ ਬਣਿਆ ਆ, ਜਿਨ੍ਹਾਂ ਦਾ ਮਨ ਤਨ ਰੱਤਾ ਸੱਚ ਰੰਗ, ਜਿਨ੍ਹਾਂ ਦਾ ਚਰਨ ਕਮਲ ਸੋ ਪਿਆਰ ਆ, ਜਿਹੜੇ ਸਾਵਣ ਸਰਸੀ ਵਾਲੀ ਅਵਸਥਾ 'ਤੇ ਖੜ੍ਹੇ ਨੇ, ਮਾਲਕ ਜੀ ਕਹਿੰਦੇ ਨੇ ਵਿਖਿਆ ਰੰਗ ਕੂੜਾਵਿਆ। ਇਹ ਜਿਹੜੀ ਸੰਸਾਰ ਦੇ ਵਿੱਚ ਵਾਹਿਗੁਰੂ ਨੇ ਵਿਖਿਆ ਰੱਖੀ ਹੈ ਨਾ, ਕਿ ਜਿਹਨੂੰ ਮਾਲਕ ਜੀ ਨੇ ਕਿਹਾ ਸੀਗਾ ਕਿ ਇਹ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਵਾਲੀ ਵਿਖਿਆ। ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਇਹਦੇ ਜਿਹੜੇ ਰੰਗ ਨੇ ਨਾ, ਉਹ ਕੂੜਾਵੇ ਲੱਗਦੇ ਨੇ, ਝੂਠੇ ਲੱਗਦੇ ਨੇ। ਦਿਸਣ ਸਭੇ ਸ਼ਾਹਰ, ਉਹਨਾਂ ਨੂੰ ਇਹ ਸਵਾਹ ਤੋਂ ਵੱਧ ਕੁਝ ਵੀ ਨਹੀਂ ਲੱਗਦੇ ਪਏ। ਉਹਨਾਂ ਦੀ ਜ਼ਿੰਦਗੀ ਵਿੱਚ ਇਹਨਾਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਯਕੀਨ ਹੈ ਕਿ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਤਨਸਾਰ। ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਤੈਸੀ ਵਸਤ ਵਸਾਹੀ ਹੈ, ਜੈਸੀ ਨਿਭ ਹੈ ਨਾਲ। ਉਹਨਾਂ ਨੂੰ ਇਹ ਗੱਲ ਸਮਝ ਵਿੱਚ ਪੈ ਜਾਂਦੀ ਹੈ, ਉਹਨਾਂ ਨੂੰ ਇਸ ਗੱਲ 'ਤੇ ਯਕੀਨ ਹੋ ਆਉਂਦਾ ਆ ਕਿ ਬਸੰਤ ਸਵਰਗ ਲੋਕ ਹੈ, ਜਿੱਤ 'ਤੇ ਪ੍ਰਿਥਵੀ ਨਵ ਖੰਡਨ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ 'ਤੇ ਪ੍ਰਾਣੀ ਉਦਿਆਨ ਭਰਮਣ ਹੈ। ਉਹਨਾਂ ਨੂੰ ਯਕੀਨ ਹੈ ਕਿ ਕੌਤਕ ਕੋੜ ਤਮਾਸਿਆ ਚੇਤਨ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਓ। ਉਹਨਾਂ ਨੂੰ ਇਸ ਗੱਲ ਉੱਪਰ ਨਿਸ਼ਚੈ ਹੈ, ਯਕੀਨ ਹੈ ਕਿ ਉਸ ਪ੍ਰਭੂ ਦੇ ਨਾਮ ਤੋਂ ਬਿਨਾਂ ਇਹਨਾਂ ਚੀਜ਼ਾਂ ਨੇ ਕੰਮ ਨਹੀਂ ਆਉਣਾ। ਇਸ ਕਰਕੇ ਉਹਨਾਂ ਦੀ ਜ਼ਿੰਦਗੀ ਵਿੱਚ ਵਿਖਿਆ ਰੰਗ ਕੂੜਾਵਿਆ। ਇਹ ਜਿਹੜੇ ਝੂਠ ਦਾ ਪ੍ਰਪੰਚ ਹੈ, ਇਹ ਵਿਖਿਆ ਰੰਗ ਕੂੜਾਵਿਆ ਦਿਸਣ ਸਭੇ ਸ਼ਾਰ, ਉਹਨਾਂ ਦੀ ਜ਼ਿੰਦਗੀ ਵਿੱਚ ਸਵਾਹ ਤੋਂ ਵੱਧ ਇਹ ਕੋਈ ਅਹਿਮੀਅਤ ਨਹੀਂ ਰੱਖਦੇ। ਮਾਲਕ ਜੀ ਕਿਰਪਾ ਕਰਦੇ ਨੇ, ਕਹਿੰਦੇ, ਹਰ ਅੰਮ੍ਰਿਤ ਬੂੰਦ ਸੁਹਾਵਣੀ। ਇਹ ਜਿਹੜੇ ਪ੍ਰਭੂ ਦੇ ਨਾਮ ਦਾ ਰਸ ਵਾਲੀ
ਹਰ ਅੰਮ੍ਰਿਤ ਬੂੰਦ, ਇਹ ਬੜੀ ਸੋਹਣੀ ਹੈ, ਸੁਹਾਵਣੀ ਬੜੀ ਪਿਆਰੀ ਹੈ, ਪਰ ਇਹ ਮਿਲੇਗੀ ਕਿੱਥੋਂ? ਮਿਲ ਸਾਧੂ ਪੀਵਣਹਾਰ, ਜਿਹਨੂੰ ਅਸੀਂ ਇਹ ਕਹਿੰਦੇ ਕਿ ਸਹੀ ਪਿਆਰੇ ਮੇਲ, ਜਿਹਨਾਂ ਮਿਲਾਂ ਤੇਰਾ ਨਾਮ ਚਿੱਤ ਆਵੇ। ਉਹ ਸਾਧੂ ਕੌਣ ਹੈ? ਦੁਨੀਆਂ ਦੇ ਵਿੱਚ ਜੇ ਸਭ ਤੋਂ ਪਹੁੰਚਿਆ ਹੈ ਇੱਕ ਸਾਧੂ ਵੇਖਣਾ, ਤਾਂ ਉਹ ਗੁਰੂ ਹੁੰਦਾ ਆ। ਅਤੇ ਗੁਰੂ ਵੀ ਹਾਰੀ ਸਾਰੀ ਨਹੀਂ ਗਾ, ਗੁਰੂ ਸਿਰਫ ਅਤੇ ਸਿਰਫ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਦੀ ਚਰਨ ਸ਼ਰਨ ਵਿੱਚ ਆਵਾਂਗੇ ਸਾਡੀ ਜ਼ਿੰਦਗੀ ਦੇ ਵਿੱਚ ਚਰਨ ਕਮਲ ਸਿਓ ਪਿਆਰ ਵੀ ਬਣ ਜਾਏਗਾ, ਇੱਕੋ ਨਾਮ ਆਧਾਰ ਵੀ ਟੇਕ ਜਾਏਗਾ, ਸਾਡੇ ਕੋਲ ਸ਼ਮਤਾ ਹੋਏਗੀ ਕਿ ਵਿਖਿਆ ਰੰਗ ਕੁੜਾਵਿਆ ਦਿਸਣ ਸੱਭੇ ਸ਼ਾਰ, ਇੱਥੋਂ ਤੱਕ ਸਾਡੇ ਕੋਲ ਸਮਰੱਥਾ ਹੋਏਗੀ। ਅਤੇ ਇਸ ਪੂਰੇ ਗੁਰੂ ਦੇ ਕੋਲ ਆਣ ਕੇ ਸਤਿਗੁਰੂ ਜੀ ਤਰਸ ਕਰਦੇ ਨੇ, ਰਹਿਮਤ ਕਰਦੇ ਨੇ, ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ, ਇਹ ਜਿਹੜੀ ਸੋਹਣੀ ਬੂੰਦ ਹੈ ਨਾ, ਇਹ ਬੜੀ ਪਿਆਰੀ ਲੱਗਦੀ ਹੈ, ਅੰਮ੍ਰਿਤ ਦੀ ਜਿਹੜੀ ਬੂੰਦ ਹੈ ਇਹ ਬੜੀ ਸੋਹਣੀ ਸੁਹਾਵਣੀ ਪਿਆਰੀ ਲੱਗਦੀ ਹੈ, ਪਰ ਮਿਲੇਗੀ ਇਹ ਪੂਰੇ ਗੁਰੂ ਤੋਂ। ਮਾਲਕ ਜੀ ਅੱਗੇ ਕਿਰਪਾ ਕਰਦੇ ਨੇ, ਕਹਿੰਦੇ ਵਾਣ ਤਿੰਨ ਪ੍ਰਭ ਸੰਗ ਮੌਲਿਆ। ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਵਣ ਵੀ ਨੇ ਅਤੇ ਤ੍ਰਿਣ ਵੀ ਨੇ, ਇਹ ਜਿੰਨੇ ਵੀ ਨੇ ਇਹ ਖਿੜੇ ਹੋਏ ਨੇ। ਕਿਉਂ? ਇਹਨਾਂ ਨੂੰ ਰੱਬ ਨੇ ਪੈਦਾ ਕੀਤਾ। ਕੋਈ ਚੀਜ਼ ਕਿਸੇ ਦਰਖਤ ਨਾਲੋਂ ਜਾਂ ਸਾਡੀ ਜ਼ਿੰਦਗੀ ਵਿੱਚੋਂ ਵੀ ਕੋਈ ਵਾਧਾ ਘਾਟਾ ਹੁੰਦਾ ਹੈ, ਵਾਧਾ ਹੋਇਆ ਅਸੀਂ ਉਹਨੂੰ ਚੰਗਾ ਕਹਿੰਦੇ ਹਾਂ, ਘਾਟਾ ਹੋਇਆ ਅਸੀਂ ਉਹਨੂੰ ਮਾੜਾ ਕਹਿੰਦੇ ਹਾਂ, ਪਰ ਨਹੀਂ, ਜ਼ਿੰਦਗੀ ਵਿੱਚ ਵਾਧਾ ਵੀ ਖੁਸ਼ੀ ਵਾਲਾ, ਘਾਟਾ ਵੀ ਖੁਸ਼ੀ ਵਾਲਾ। ਸਾਡੀ ਜ਼ਿੰਦਗੀ ਦੀ ਹਰੇਕ ਘਟਨਾ ਚੰਗੀ ਹੈ, ਮਾੜਾ ਕੁਛ ਵੀ ਨਹੀਂ। ਜੇ ਘਾਟਾ ਪਿਆ ਤਾਂ ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਮੇਰੇ ਪਾਤਸ਼ਾਹ ਜੀ ਤਰਸ ਕਰਦੇ ਨੇ, ਕਹਿੰਦੇ ਵਣ ਤਿੰਨ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਜਿਹੜਾ ਅਕਾਲ ਪੁਰਖ ਏਡਾ ਵੱਡਾ ਬੇਅੰਤ ਹੈ, ਏਡੀਆਂ ਤਾਕਤਾਂ ਰੱਖਣ ਵਾਲਾ, ਜਿਹੜਾ ਅਪਾਰ ਹੈ, ਅਸਲ ਵਿੱਚ ਇਹ ਸਾਰੀ ਕਾਇਨਾਤ ਉਹਦੇ ਕਰਕੇ ਖਿੜੀ ਹੋਈ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹ ਇਹਦੇ ਵਿੱਚ ਆਪ ਸਮਾਇਆ ਹੋਇਆ ਹੈ। ਜਿਹਨੂੰ ਸਾਹਿਬ ਜੀ ਕਹਿੰਦੇ ਨੇ ਰੰਗ ਸਭੈ ਨਾਰਾਇਣ, ਇਹ ਸਾਰੇ ਰੰਗ ਸਾਰੇ ਕੌਤਕ ਉਸ ਪ੍ਰਭੂ ਦੇ ਨੇ, ਉਹਦੇ ਤੋਂ ਬਾਹਰ ਨਹੀਂ ਗੇ, ਉਹਦੇ ਤੋਂ ਬਾਹਰ ਹੋ ਵੀ ਨਹੀਂ ਸਕਦੇ। ਅਤੇ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਰਹਿਮਤ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਹਰ ਮਿਲਣਾ ਨੋ ਮਨ ਲੋਚਦਾ। ਪਹਿਲਾਂ ਗੱਲ ਕੀਤੀ ਜਿਹੜੇ ਪ੍ਰਭੂ ਨਾਲ ਇੱਕ ਮਿੱਕ ਨੇ, ਫਿਰ ਗੱਲ ਕੀਤੀ ਕਿ ਮੇਰਾ ਮਨ ਕਰਦਾ ਆ ਕਿ ਮੈਂ ਉਸ ਪ੍ਰਭੂ ਨੂੰ ਮਿਲਾਂ, ਜਿਹਨੂੰ ਸਾਹਿਬ ਜੀ ਕਹਿੰਦੇ ਨੇ ਕਿ ਦਰਸ਼ਨ ਪਿਆਸੀ ਦਿਨ ਸਰਾਤ, ਜਿਹਨੂੰ ਸਾਹਿਬ ਜੀ ਇਵੇਂ ਕਹਿੰਦੇ ਨੇ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ, ਬਿਲਪ ਕਰੇ ਚਾਤਰਕੀ ਨਿਆਈ, ਮੇਰੇ ਅੰਦਰ ਲੋਚਾ ਹੈ, ਮੇਰੇ ਅੰਦਰ ਤਾਂਘ ਹੈ ਕਿ ਮੈਂ ਉਸ ਪ੍ਰਭੂ ਨੂੰ ਮਿਲਾਂ। ਫਿਰ ਇਹ ਤਾਂਘ ਹੋਈ ਕਿਵੇਂ, ਇਹ ਤਾਂਘ ਅੰਦਰ ਪੈਦਾ ਕਿਵੇਂ ਹੋਈ? ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ, ਸਾਹਿਬ ਜੀ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਬੁਣਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਪਿਓ ਗੁਣੀ ਗਹੀਰਾ, ਰਵਿਦਾਸ ਧੁਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀ ਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਕਹਿੰਦੇ ਭਗਤ ਕਬੀਰ ਵੱਲ ਵੇਖ ਕੇ, ਭਗਤ ਨਾਮਦੇਵ ਵੱਲ ਵੇਖ ਕੇ, ਭਗਤ ਰਵਿਦਾਸ ਵੱਲ ਵੇਖ ਕੇ, ਭਗਤ ਸੈਣ ਜੀ ਵੱਲ ਵੇਖ ਕੇ, ਇਹ ਬਿਧ ਸੁਣ ਕੇ ਇਹ ਜੁਗਤ ਜਦੋਂ ਪਤਾ ਲੱਗੀ ਕਿ ਮਾਇਆ ਛੱਡਣੀ ਪਏਗੀ, ਰੱਬ ਰੱਬ ਜਪਣਾ ਪਏਗਾ, ਸੰਗਤ ਕਰਨੀ ਪਏਗੀ, ਉਸ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਬੈਠਣਾ ਪਏਗਾ, ਜਦੋਂ ਇਹ ਸਾਰੀ ਜੁਗਤ ਸਮਝ ਵਿੱਚ ਆ ਗਈ, ਕਹਿੰਦੇ ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਇੱਕ ਕਲਾ ਵਰਤੀ, ਕਹਿੰਦੇ ਜਿਹਨੂੰ ਲੋਕ ਆਮ ਬੰਦਾ ਜਾਂ ਸਮਝਦੇ ਸਨ, ਅਕਾਲ ਪੁਰਖ ਨੇ ਤਰਸ ਕੀਤਾ, ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਉੱਠ ਕੇ ਭਗਤੀ ਕਰਨ ਲੱਗ ਪਿਆ। ਅਤੇ ਹੋਇਆ ਕੀ? ਕਹਿੰਦੇ ਮਿਲੇ ਪ੍ਰਤੱਖ ਗੁਸਾਈਆਂ, ਉਹ ਪ੍ਰਭੂ ਉਹ ਆਪ ਆਣ ਕੇ ਖੁਦ ਦਰਸ਼ਨ ਦੀਦਾਰੇ ਦੇ ਕੇ ਗਿਆ ਆ। ਹਰ ਮਿਲਣਾ ਨੂੰ ਮਨ ਲੋਚਦਾ, ਤਮੰਨਾ ਹੈ, ਪਰ ਇਹ ਤਮੰਨਾ ਪੈਦਾ ਕਿਹਨਾਂ ਵੱਲ ਵੇਖ ਕੇ ਹੋਈ? ਜਿਨ੍ਹਾਂ ਦੀ ਜ਼ਿੰਦਗੀ ਵਿੱਚ ਅਸੀਂ ਇਹ ਚੀਜ਼ ਵੇਖੀ ਸੀ ਕਿ ਉਹ ਆਇਆ ਸਫਲਤਾ ਹੁਕੋ ਗਣੀਏ, ਜਾਸ ਰਸਨ ਹਰ ਹਰ ਜਸ ਪਣੀਏ, ਆਏ ਬਸੈ ਸਾਧੂ ਕੇ ਸੰਗੇ, ਅਣਦਿਨ ਨਾਮ ਧਿਆਵੈ ਹੈ ਰੰਗੇ, ਆਵਤ ਸੋ ਜਨ ਨਾਮ ਹੈ ਰਤ, ਜਿਹੜਾ ਆਇਆ ਉਹ ਨਾਮ ਨਾਲ ਰੰਗਿਆ ਗਿਆ। ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਫਿਰ ਸਾਹਿਬ ਜੀ ਕਹਿੰਦੇ ਜਾ ਕੋ ਦਇਆ ਮਇਆ ਬੇਦਾਤਾ, ਇੱਕ ਹੈ ਆਵਣ ਫਿਰ ਜੋ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਐਸੇ ਗੁਰਸਿੱਖ ਦੀ ਜਦੋਂ ਗੱਲ ਕਰਦੇ ਨੇ ਸਾਹਿਬ ਜੀ, ਕਹਿੰਦੇ ਨੇ
ਕਿ ਉਹਨਾਂ ਦੇ ਵੱਲ ਵੇਖ ਕੇ ਇਹ ਬਿੱਦ ਸੁਣ ਕੇ ਡਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵਡਪਾਗਾ। ਹਰ ਮਿਲਣਾ ਨੂੰ ਮਨ ਲੋਚਦਾ, ਮੇਰੇ ਮਨ ਅੰਦਰ ਤਾਂਘ ਹੈ ਕਿ ਮੈਨੂੰ ਉਹ ਪ੍ਰਭੂ ਪ੍ਰੀਤ ਮਿਲ ਪਵੇ, ਮੇਰੇ ਅੰਦਰ ਇਹ ਤਮੰਨਾ ਹੈ ਕਿ ਮੈਂ ਉਹਦੇ ਦਰਸ਼ਨ ਕਰਨੇ ਨੇ। ਪਰ ਇਹ ਦਰਸ਼ਨ ਹੋਣਗੇ ਕਿਵੇਂ? ਮਾਲਕ ਜੀ ਕਹਿੰਦੇ ਕਰਮ ਮਿਲਾਵਣਹਾਰ, ਇਹ ਉਹਦੀ ਬਖਸ਼ਿਸ਼ 'ਤੇ ਗੱਲ ਖੜੀ ਹੈ। ਬਾਣੀ ਨੇ ਕਿਹਾ ਸੇਵ ਨਾ ਮਿਲਿਓ ਕਾਲ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਜੇ ਕੋਈ ਇਹ ਸੋਚੇ ਵੀ ਜ਼ਿਆਦਾ ਸੇਵਾ ਕਰਨ ਕਰਕੇ ਮਿਲ ਪੈਂਦਾ, ਨਹੀਂ ਮਿਲਦਾ। ਜੇ ਕੋਈ ਇਹ ਸੋਚੇ ਘਾਲਣਾ ਘਾਲਣ ਕਰਕੇ ਮਿਲਦਾ, ਨਹੀਂ ਮਿਲਦਾ। ਪਰ ਇਹ ਗੱਲ ਯਾਦ ਰੱਖਣਾ, ਕਿਤੇ ਸੇਵਾ ਕਰਨੀ ਨਾ ਛੱਡ ਦੇ ਜੇ ਗਿਆਨੀ ਜੀ ਨੇ ਕਿਹਾ ਸੀ ਮਿਲਦਾ ਹੀ ਨਹੀਂ ਗਾ, ਕਿਤੇ ਘਾਲਣਾ ਘਾਲਣੀ ਨਾ ਛੱਡ ਦੇ। ਗਿਆਨੀ ਜੀ ਕਹਿੰਦੇ ਸਨ ਵੀ ਘਾਲਣਾ ਨਾਲ ਤਾਂ ਮਿਲਦਾ ਨਹੀਂ, ਬਾਣੀ ਦੀ ਉਹਨਾਂ ਨੇ ਉਦਾਹਰਨ ਦਿੱਤੀ ਸੀ। ਨਹੀਂ, ਸੇਵਾ ਇਸ ਤਰੀਕੇ ਨਾਲ ਕਰਨੀ ਹੈ ਕਿ ਸਿਰਫ ਗੁਰੂ ਨੂੰ ਸਮਰਪਿਤ ਹੋਵੇ, ਲੋਕਾਂ ਨੂੰ ਨਹੀਂ। ਘਾਲਣਾ ਇਸ ਤਰੀਕੇ ਨਾਲ ਘਾਲਣੀ ਹੈ ਕਿ ਉਹ ਗੁਰੂ ਸਾਹਿਬ ਦੀ ਯਾਦ ਨੂੰ ਸਮਰਪਿਤ ਹੋਵੇ, ਲੋਕਾਂ ਦੀ ਯਾਦ ਨੂੰ ਨਹੀਂ, ਵੀ ਲੋਕ ਮੈਨੂੰ ਚੰਗਾ ਕਹਿਣ, ਇਸ ਭਾਵਨਾ ਨਾਲ ਨਹੀਂ। ਫਿਰ ਉਹ ਮਿਲਦਾ ਆ, ਪਰ ਉਹ ਮਿਲਦਾ ਸੇਵਾ ਕਰਦਿਆਂ ਘਾਲਣਾ ਕਰਦਿਆਂ ਉਦੋਂ ਹੀ ਆ ਜਦੋਂ ਉਹ ਬਖਸ਼ਿਸ਼ ਕਰੇਗਾ। ਸਾਹਿਬ ਜੀ ਦਾ ਗੁਰਬਾਣੀ ਦੇ ਵਿੱਚ ਇੱਕ ਬੜਾ ਸੋਹਣਾ ਬਚਨ ਹੈ। ਮਾਲਕ ਜੀ ਕਹਿੰਦੇ ਨੇ ਕਿ ਉਹ ਵਾਹਿਗੁਰੂ ਤਰਸ ਕਰੇ, ਉਹ ਰਹਿਮਤ ਕਰੇ ਅਤੇ ਦਰਸ਼ਨ ਹੁੰਦੇ ਨੇ, ਜੇ ਉਹ ਤਰਸ ਨਾ ਕਰੇ ਫਿਰ ਦਰਸ਼ਨ ਨਹੀਂ ਹੁੰਦੇ। ਜਿਹਨੂੰ ਜਪਜੀ ਸਾਹਿਬ ਦੇ ਅੰਤ ਵਿੱਚ ਸਾਹਿਬ ਜੀ ਨੇ ਕਿਹਾ ਸੀਗਾ ਕਿ ਨਾਨਕ ਨਦਰੀ ਨਦਰ ਨਿਹਾਲ, ਉਹਦੇ ਤਰਸ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ, ਉਹਦੀ ਰਹਿਮਤ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਕਰਮ ਮਿਲਾਵਣ ਹਾਰ। ਫਿਰ ਅੱਗੇ ਜ਼ਿਕਰ ਕੀਤਾ, ਕਹਿੰਦੇ ਜਿਹਨੇ ਸਖੀਏ ਪ੍ਰਭ ਪਾਇਆ, ਜਿਹਨਾਂ ਸਖੀਆਂ ਨੇ, ਜੀਵਾਤਮਾ ਦੀ ਗੱਲ ਹੋ ਰਹੀ ਹੈ, ਕਹਿ ਲੱਗੇ ਜਿਹਨੇ ਸਖੀਏ ਪ੍ਰਭ ਪਾਇਆ, ਜਿਨ੍ਹਾਂ ਨੂੰ ਉਹ ਪ੍ਰਭੂ ਪ੍ਰੀਤਮ ਮਿਲ ਗਿਆ, ਧੰਨ ਨੇ ਉਹ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਿਉਂਦੇ ਜੀ ਦਰਸ਼ਨ ਦੀਦਾਰੇ ਕੀਤੇ ਨੇ, ਅਤੇ ਹੁੰਦੇ ਜ਼ਰੂਰ ਨੇ, ਐਵੇਂ ਕਿਸੇ ਦੇ ਟਪਲੇ ਵਿੱਚ ਨਾ ਆ ਜਾਏ ਕਿ ਵਾਹਿਗੁਰੂ ਦਰਸ਼ਨ ਨਹੀਂ ਦਿੰਦਾ। ਮੈਂ ਕਹਿੰਦਾ ਨੋ ਰਾਬੀ ਕਹਦਾ ਆ ਜਿਹਦੇ ਕੋਲ ਤਾਕਤ ਨਹੀਂ ਹੈਗੀ, ਲੋਕ ਤਾਂ ਅਸੂਲਾਂ ਨੂੰ, ਫਰਜ਼ਾਂ ਨੂੰ, ਜਾਂ ਚੰਗੇ ਗੁਣਾਂ, ਚੰਗੇ ਕੰਮਾਂ ਨੂੰ ਗੁਣਾਂ ਨੂੰ ਹੀ ਰੱਬ ਕਹਿੰਦੇ ਨੇ। ਇਹ ਗੱਲ ਤੁਹਾਡੀ ਠੀਕ ਹੈ, ਪੂਰੀ ਠੀਕ ਨਹੀਂ ਗੀ, ਮੈਂ ਗਲਤ ਨਹੀਂ ਕਿਹਾ, ਠੀਕ ਹੈ ਪਰ ਪੂਰੀ ਠੀਕ ਨਹੀਂ ਗੀ। ਇਹ ਕੱਪੜੇ ਪਾਉਣੇ ਸਾਡਾ ਫਰਜ਼ ਹੈ, ਚਿੱਟੇ ਪਾਉਣੇ ਇਹ ਮੇਰੇ ਅਸੂਲ ਨੇ, ਸੋਹਣੀ ਪੱਗ ਬੰਨਣੀ ਮੇਰਾ ਗੁਣ ਆ, ਪਰ ਇਹ ਦਲਜੀਤ ਸਿੰਘ ਨਹੀਂ ਗਾ, ਇਹ ਮੈਂ ਨਹੀਂ ਗਾ, ਮੈਂ ਕੁਝ ਹੋਰ ਹਾਂ। ਅੱਜ ਪੱਗ ਕਾਲੀ ਬੰਨੀ ਆ, ਕੱਲ੍ਹ ਨੂੰ ਚਿੱਟੀ ਬੰਨ ਲਵਾਂਗਾ, ਪਰਸੋਂ ਨੀਲੀ ਬੰਨ ਲਵਾਂਗਾ, ਫਿਰ ਕੇਸਰੀ ਬੰਨ ਲਵਾਂਗਾ। ਮੇਰੀ ਪੱਗ ਮੈਂ ਨਹੀਂ ਹਾਂ, ਮੇਰੇ ਕੱਪੜੇ ਮੈਂ ਨਹੀਂ ਹਾਂ। ਇਸੇ ਤਰੀਕੇ ਨਾਲ ਚੰਗੇ ਗੁਣ, ਅਸੂਲ, ਫਰਜ਼ ਇਹ ਰੱਬ ਨਹੀਂ ਗੇ ਪਰ ਚੰਗੇ ਨੇ। ਤੁਹਾਡੀ ਗੱਲ ਠੀਕ ਹੈ ਪਰ ਪੂਰੀ ਨਹੀਂ ਗੀ, ਅਧੂਰੀ ਹੈ, ਇਹਨੂੰ ਪੂਰਾ ਕਰਨਾ ਪਏਗਾ। ਪੂਰਾ ਕਰਨ ਵਾਸਤੇ ਬਹੁਤ ਸਮਾਂ ਨਹੀਂ ਬਚਦਾ, ਬਹੁਤ ਖਿਲਾਰਾ ਖਿਲਾਰਨਾ ਪਏਗਾ, ਅਤੇ ਗੱਲ ਵੀ ਬੜੀ ਸੌਖੀ ਜੀ ਹੈ। ਜਿਹਨੂੰ ਇਹ ਇੱਕ ਅੱਖਰ ਦੇ ਵਿੱਚ ਸਮਝਣਾ ਹੋਵੇ ਤਾਂ ਵਿਣ ਗੁਣ ਕੀਤੇ ਭਗਤ ਨਾ ਹੋਏ, ਤੁਸੀਂ ਇਕੱਲੇ ਗੁਣਾਂ 'ਤੇ ਖੜ੍ਹੇ ਹੋ, ਭਗਤੀ ਨੂੰ ਮੰਨਦੇ ਨੇ। ਇੱਕ ਚੀਜ਼ ਮੰਨ ਲਈ ਵੀ ਵਿਣ ਗੁਣ ਕੀਤੇ ਪਰ ਇਹ ਭਗਤ ਨਾ ਹੋਏ, ਇਹ ਗੱਲ ਤੁਸੀਂ ਇਹਨੂੰ ਛੱਡ ਦਿੱਤਾ ਵੀ ਨਹੀਂ, ਇਹਦੀ ਲੋੜ ਕੋਈ ਨਹੀਂ ਗੀ। ਮੇਰਾ ਸਤਿਗੁਰੂ ਸਾਡੇ 'ਤੇ ਤਰਸ ਕਰੇ, ਸਾਡੇ 'ਤੇ ਰਹਿਮਤ ਕਰੇ। ਮਾਲਕ ਜੀ ਕਹਿੰਦੇ ਜਿਨੀ ਸਖੀਏ ਪ੍ਰਭ ਪਾਇਆ, ਜਿਨ੍ਹਾਂ ਨੂੰ ਉਹ ਪ੍ਰਭੂ ਪ੍ਰੀਤ ਮਿਲ ਗਿਆ, ਅਸੀਂ ਉਹਨਾਂ ਲਈ ਕੀ ਕਰਨਾ ਆ? ਕਹਿੰਦੇ ਹੁਣ ਤਿੰਨ ਕਹਿ ਸਦ ਬਲਿਹਾਰ, ਮੈਂ ਹਮੇਸ਼ਾ ਉਹਨਾਂ ਤੋਂ ਬਲਿਹਾਰ ਨੇ ਵਾਰ ਜਾਂਦਾ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੁੱਛੀਏ, ਸਾਹਿਬ ਜੀ ਜਿਨ੍ਹਾਂ ਨੂੰ ਤੁਹਾਡੇ ਦੀਦਾਰੇ ਹੋਏ ਨੇ, ਸਾਨੂੰ ਉਹਨਾਂ ਲਈ ਕੀ ਕਰਨਾ ਚਾਹੀਦਾ? ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬੜਾ ਸੋਹਣਾ ਬਚਨ ਕੀਤਾ। ਮਾਲਕ ਜੀ ਕਿਰਪਾ ਕਰਦੇ ਨੇ, ਕਹਿੰਦੇ ਤੈ ਸਾਹਿਬ ਕੀ ਬਾਤ ਜੇ ਆਖੈ। ਜੇ ਕੋਈ ਰੱਬ ਦਾ ਪਿਆਰਾ ਉਸ ਕਰਤੇ ਦੀ ਕੋਈ ਗੱਲ ਸੁਣਾਵੇ ਨਾ, ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਹਾ ਦੀਜੈ, ਮੈਂ ਕੀ ਦੇਵਾਂ ਆਪਣੇ ਕੋਲੋਂ।
ਮਾਲਕ ਜੀ ਕਹਿੰਦੇ ਸੀਸ ਵੱਡੇ ਕਰ, ਆਪਣਾ ਸਿਰ ਵੱਢ ਕੇ ਦੇਖ, ਹਾਂ ਸੀਸ ਵੱਡੇ ਕਰ ਬੈਸਣ ਦੀਜੈ, ਆਪਣਾ ਸਿਰ ਵੱਢ ਕੇ ਦੇ ਉਹਨੂੰ ਬਹਿਣ ਵਾਸਤੇ, ਭਾਵ ਨਿਮਰਤਾ ਭਾਵ ਰੱਖ ਕੇ। ਅਸੀਂ ਤਾਂ ਗੁਰੂ ਘਰਾਂ ਵਿੱਚ ਰਹਿਣ ਵਾਲੇ ਗ੍ਰੰਥੀ ਸਿੰਘਾਂ ਰਾਗੀਆਂ ਦੀ ਕਦਰ ਹੀ ਨਹੀਂ ਕਰਦੇ ਗੇ। ਉਹਦਾ ਕਾਰਨ ਇੱਕ ਇਹ ਵੀ ਹੈ ਕਿ ਜਿਹੜੇ ਸਾਡੇ ਬਹੁਤਾਤ ਪ੍ਰਬੰਧਕ ਸੱਜਣ ਨੇ ਨਾ, ਉਹ ਗੁਰੂ ਕੇ ਸਿੱਖ ਨਹੀਂ ਗੇ, ਉਹ ਗੁਰੂ ਕੇ ਸਿੱਖ ਨਹੀਂ ਗੇ। ਅਤੇ ਜੇ ਕੋਈ ਇੱਕ ਅੱਧਾ ਵਿੱਚ, ਇੱਕ ਅੱਧਾ ਮੈਂ ਕਹਿ ਰਿਹਾ ਜੀ, ਜੇ ਕੋਈ ਇੱਕ ਅੱਧਾ ਵਿੱਚ ਹੈਗਾ ਵੀ ਇਹ, ਤਾਂ ਉਹਨੂੰ ਆਪਣਾ ਅਹੁਦਾ ਬਚਾਉਣ ਦਾ ਡਰ ਹੈਗਾ ਵੀ ਇਹ ਮੈਨੂੰ ਕਿਤੇ ਅਹੁਦੇ ਤੋਂ ਲਾਹ ਨਾ ਦੇਣ, ਇਹ ਵੀ ਇੱਕ ਡਰ ਹੈ। ਇਹ ਗੱਲ ਉਹਨਾਂ ਨੂੰ ਕੌੜੀ ਲੱਗਣੀ ਜਿਹੜੇ ਕਾਣੇ ਨੇ, ਜਿਨ੍ਹਾਂ ਕੋਲ ਦੋਵੇਂ ਅੱਖਾਂ ਹੈਗੀਆਂ ਨੇ, ਉਹਨਾਂ ਨੂੰ ਮੇਰੀ ਗੱਲ ਕੌੜੀ ਨਹੀਂ ਲੱਗਣੀ ਜੀ, ਬਿਲਕੁਲ ਨਹੀਂ ਲੱਗੇਗੀ। ਅਤੇ ਅਸੀਂ ਅੱਜ ਤੱਕ ਇੱਕ ਗੁਰਸਿੱਖ ਨੂੰ ਹੀ ਨਹੀਂ ਜਾਣਦੇ, ਅਸੀਂ ਰਾਗ ਕਥਾਵਾਚਕ ਨੂੰ, ਪ੍ਰਚਾਰਕ ਨੂੰ, ਜਾਂ ਜਿਹੜੇ ਗ੍ਰੰਥੀ ਸਿੰਘ ਨੇ ਗੁਰੂ ਘਰਾਂ ਦੇ, ਜਾਂ ਜਿਹੜੇ ਗੁਰੂ ਕੇ ਕੀਰਤਨ ਕਰਨ ਵਾਲੇ ਨੇ ਪਿਆਰੇ ਨੇ, ਅਸੀਂ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ। ਅਸੀਂ ਕਹਿੰਦੇ ਵੀ ਜਿਵੇਂ ਇੱਕ ਵਰਸ਼ਾ ਲੈ ਕੇ ਖੜਨ ਵਾਲਾ, ਇਹ ਵੀ ਤਾਂ ਉਵੇਂ ਦੇ ਨੇ। ਫਰਕ ਹੈ, ਜ਼ਰੂਰ ਫਰਕ ਹੈ। ਐਵੇਂ ਨਹੀਂ ਤੁਸੀਂ ਸਾਨੂੰ 3 ਫੁੱਟ ਉੱਚਾ ਜ਼ਮੀਨ ਤੋਂ ਚੱਕ ਕੇ ਬਿਠਾਉਂਦੇ, 4 ਫੁੱਟ ਉੱਚਾ ਚੱਕ ਕੇ ਬਿਠਾਉਂਦੇ, ਕੋਈ ਤਾਂ ਫਰਕ ਹੈ ਸਾਡੇ ਅਤੇ ਤੁਹਾਡੇ ਵਿੱਚ। ਮੈਂ ਇਹਨੂੰ ਈਗੋ 'ਚ ਨਹੀਂ ਕਹਿ ਰਿਹਾ, ਮੈਨੂੰ ਇਵੇਂ ਲੱਗਦਾ ਕਿ ਕੁਝ ਲੋਕ ਉਹ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਚੁਣਿਆ ਕਿ ਅਸੀਂ ਗੁਰੂ ਨਾਨਕ ਦੇ ਘਰ ਨਾਲ ਜੁੜਨਾ ਆ, ਅਤੇ ਮੈਨੂੰ ਲੱਗਦਾ ਜਿਹਨੇ ਵੀ ਗੁਰੂ ਨਾਨਕ ਦੇ ਘਰ ਦੀ ਗੱਲ ਕਰਨ ਵਾਲੇ ਬੰਦੇ ਨੇ, ਇਹ ਉਹ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਚੁਣਿਆ। ਤੁਸੀਂ ਮੇਰੇ ਘਰ ਦੀ ਗੱਲ ਇਹਨਾਂ ਨੂੰ ਸੁਣਾਓ। ਲੋਕਾਂ ਨੇ ਗੁਰੂ ਨਾਨਕ ਨੂੰ ਚੁਣਿਆ, ਗੁਰੂ ਨਾਨਕ ਨੇ ਸਾਨੂੰ ਚੁਣਿਆ, ਇਸ ਗੱਲ ਦਾ ਫਰਕ ਜ਼ਰੂਰ ਯਾਦ ਰੱਖੀਏ। ਇਹਨੂੰ ਕੋਈ ਹਉਮੈ ਭਾਵ 'ਚ ਨਾ ਲੈ ਕੇ ਜਾਣਾ, ਮੈਂ ਲੈ ਕੇ ਜਾ ਰਿਹਾ ਸਰ। ਮੈਂ ਇਹ ਕਹਿੰਦਾ ਹਾਂ, ਜੇ ਗੁਰੂ ਨਾਨਕ ਦੇ ਸਿੱਖ ਦੀ ਕਦਰ ਨਹੀਂ ਕਰਦੇ, ਫਿਰ ਕਾਹਦੇ ਲੰਗਰ ਲਾਉਂਦੇ ਪਏ ਐਵੇਂ ਦੂਜਿਆਂ ਵਾਸਤੇ, ਕਾਹਨੂੰ ਇਹਨੂੰ ਖਿਲਾਰਾ ਖਿਲਾਰਦੇ ਪਏ ਹੋ? ਜੇ ਗੁਰੂ ਨਾਨਕ ਦੇ ਸਿੱਖ ਦੀ ਕਦਰ ਹੀ ਨਹੀਂ ਗੀ, ਵੇਖੋ ਆਪਣਾ ਘਰ ਬਰਬਾਦ ਕਰਕੇ ਕਿਸੇ ਦਾ ਵਸਾਉਣਾ ਕੋਈ ਸਿਆਣਪ ਥੋੜ੍ਹਾ ਹੁੰਦੀ ਹੈ, ਪਰ ਸਾਨੂੰ ਥੋੜ੍ਹਾ ਜਿਹਾ ਸਮਝਣਾ ਚਾਹੀਦਾ ਆ। ਸਾਹਿਬ ਜੀ ਕਹਿੰਦੇ, ਤੈ ਸਾਹਿਬ ਕੀ ਬਾਤ ਜੇ ਆਖਿਆ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਕਹਿੰਦੇ ਸਿਰ ਵੱਢ ਕੇ ਦੇ ਦੇ ਉਹਨੂੰ ਆਪਣੀ ਸੇਵਾ ਵਾਸਤੇ। ਸਾਹਿਬ ਜੀ ਕਹਿੰਦੇ, ਕਿਉਂ ਨਾ ਮਰੀਜੈ, ਮਰਦਾ ਕਿਉਂ ਨਹੀਂ, ਜੀਆੜਾ ਨਾ ਦੀਜੈ, ਜਿੰਦ ਕਿਉਂ ਨਹੀਂ ਦਿੰਦਾ, ਜਾਂ ਸਾਹਿਬ ਪਿਆ ਵਡਾਣਾ, ਜੇ ਤੇਰੇ ਤੋਂ ਹੀ ਬਗਾਨਾ ਹੋ ਗਿਆ ਤਾਂ ਕੀ ਕਰ ਲਏਗਾ। ਬਾਣੀ ਦਾ ਇੱਕ ਬੜਾ ਪਿਆਰਾ ਹੋਰ ਮੈਂ ਬਚਨ ਪੜ੍ਹ ਕੇ ਚੱਲਾਂ। ਸਾਹਿਬ ਜੀ ਕਹਿੰਦੇ, ਜਿਨ ਕੇ ਚੋਲੇ ਰੱਤੜੇ ਪਿਆਰੇ, ਕੰਤ ਤਨਾ ਕੈ ਪਾਸ, ਜਿਨ੍ਹਾਂ ਦੇ ਚੋਲਾ ਇਹ ਰੰਗਿਆ ਹੋਇਆ ਹੈ, ਭਗਵੇ ਨਹੀਂ ਮੈਂ ਕਿਹਾ, ਮੈਂ ਕੋਈ ਲਾਲ ਸੂਹਾ ਪਾ ਕੇ ਆਖੇ ਮੈਂ ਰੱਬ ਵਾਲਾ ਹੋ ਗਿਆ, ਕੋਈ ਕਾਲਾ ਪਾ ਕੇ ਆਖੇ ਜੀ ਮੈਂ ਰੱਬ ਵਾਲਾ ਹੋ ਗਿਆ, ਨਹੀਂ ਇਵੇਂ ਨਹੀਂ ਕਿਹਾ ਮੈਂ। ਬਾਣੀ ਨੇ ਕਿਹਾ, ਜਿਨ ਕੇ ਚੋਲੇ ਰੱਤੜੇ, ਜਿਨ੍ਹਾਂ ਦਾ ਇਹ ਸਰੀਰ ਰੂਪੀ ਚੋਲਾ ਉਸ ਪ੍ਰਭੂ ਦੇ ਰੰਗ ਵਿੱਚ ਰੰਗਿਆ ਗਿਆ ਹੈ, ਉਹ ਕੱਪੜੇ ਭਾਵਾਂ ਮੈਲੇ ਵੀ ਪਾ ਲੈਣ। ਬਾਪੂ ਨਾਨਕ ਨੇ ਕਿਹਾ ਸੀ ਕਿ ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਨ ਨਿਹੋ ਲੱਗਾ, ਰੱਬ ਸੇਤੀ ਦੇਖਣੇ ਵਿਚਾਰ। ਉਹਨਾਂ ਦੀ ਗੱਲ ਵੀ ਕੀਤੀ ਹੈ, ਸਰੀਰਕ ਕੱਪੜਿਆਂ ਦੀ ਗੱਲ ਨਹੀਂ ਗੀ, ਗੱਲ ਸਰੀਰਕ ਬਾਣੇ 'ਤੇ ਨਿਕਲਦੀ ਖੜੀ। ਅਤੇ ਸਾਹਿਬ ਨੇ ਕਿਹਾ ਸੀ, ਜਿਨ ਕੇ ਚੋਲੇ ਰੱਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲਿਆ ਜੀ ਕਹੋ, ਜੇ ਉਹਨਾਂ ਦੀ ਧੂੜ ਮਿਲਦੀ ਨਾ ਤਾਂ ਫਿਰ ਜੀ ਕਿਆ ਕਰ। ਨਾਨਕ ਕੀ ਅਰਦਾਸ, ਸੰਪਰਦਾਇ ਗੁਰਮੁਖ ਇਵੇਂ ਪਾਠ ਕਰਦੇ ਨੇ, ਮੈਂ ਤਾਂ ਇਵੇਂ ਕੀਤਾ ਆ। ਕਹਿੰਦੇ ਜੇ ਉਹਨਾਂ ਦੀ ਚਰਨ ਧੂੜ ਮਿਲਦੀ ਹੈ ਨਾ, ਉਹਨਾਂ ਦੀ ਸੰਗਤ ਮਿਲਦੀ ਹੈ, ਫਿਰ ਕਹਿੰਦੇ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਵਾਲੇ ਗੁਣ ਧਾਰਨ ਕਰਿਆ ਕਰ ਅਤੇ ਉਹਨਾਂ ਦੀ ਸਲਾਹੁਣਾ ਕਰ। ਵੇਖੋ ਅਸੀਂ ਇੱਕ ਗੁਰਸਿੱਖ ਦੀ ਕਦਰ ਨਹੀਂ ਕਰਦੇ, ਨਾਮ ਜਪਣ ਵਾਲੇ ਦੀ, ਨਾਮ ਜਪਾਉਣ ਵਾਲੇ ਦੀ ਅਸੀਂ ਕਦਰ ਨਹੀਂ ਕਰਦੇ, ਪਰ ਮੇਰਾ ਗੁਰੂ ਰਾਮਦਾਸ ਮਹਾਰਾਜ ਕਹਿ ਕੇ ਗਿਆ ਆ। ਕਹਿੰਦੇ ਨੇ ਕਿ ਜਨ ਨਾਨਕ ਧੂੜ ਮੰਗੈ, ਤਿਸ ਗੁਰਸਿੱਖ ਕੀ ਜੋ ਆਪ ਜਪੈ, ਅਵਰੈ ਨਾਮ ਜਪਾਵੈ। ਬਾਣੀ ਦਾ ਇੱਕ ਬਚਨ ਹੈ, ਕਹਿੰਦੇ ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਵੈ। ਕਹਿੰਦੇ ਉਹ ਜਿਹੜਾ ਗੁਰਸਿੱਖ ਰੱਬ ਨੂੰ ਪੂਰਾ ਸਮਰਪਿਤ ਹੈ, ਕਹਿੰਦੇ ਉਹਦਾ ਬਚਨ ਸੁਣ ਕੇ, ਤਿਸ ਕੀ ਸੋਏ ਉਹਦਾ ਸੁਨੇਹਾ ਸੁਣ ਕੇ ਮਨ ਨੂੰ ਖੇੜਾ ਹੋ ਜਾਂਦਾ, ਤਿਸ ਨਾਨਕ ਪਰਸਨ ਆਵੈ। ਕਹਿੰਦੇ ਮੈਂ ਉਹਨੂੰ ਪਰਸਨ ਲਈ ਤਿਆਰ ਹਾਂ। ਪਰ ਸਾਨੂੰ ਇਹ ਗੱਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਘਰ ਦੀ ਸੇਵਾ ਦਿੱਤੀ ਹੈ, ਜਿਨ੍ਹਾਂ ਨੂੰ ਨਿਵਾਜਿਆ ਆ, ਠੀਕ ਹਾਲੇ ਰਸਤੇ 'ਤੇ ਚੱਲੇ ਹਾਂ, ਮੇਰੇ ਵਰਗਾ ਤੇ ਨੇੜੇ ਤੇੜੇ ਵੀ ਨਹੀਂ ਗਾ, ਪਹੁੰਚੇ ਤਾਂ ਨਹੀਂ ਗੇ, ਲੀਨ ਤਾਂ ਨਹੀਂ ਹੋਏ, ਪਰ ਚੱਲੇ ਉਸ ਰਸਤੇ ਨੂੰ, ਸਹਿਜੇ ਕਦੇ ਤਾਂ ਵਾਹਿਗੁਰੂ ਕਬੂ ਕੇ ਆਵੇ, ਵਾਰੀ ਕਦੇ ਤਾਂ ਕਦੇ ਨਾ ਆਏਗੀ ਨਾ, ਕਬੂ ਕੇ ਸੁਣਿਆ ਪੁਕਾਰ ਵਾਲੀ ਖੇਡ ਤਾਂ ਕਦੇ ਵਰਤੇਗੀ ਨਾ,
ਅਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਮਾਲਕ ਜੀ ਤਰਸ ਕਰਦੇ ਨੇ, ਕਹਿੰਦੇ ਜਿਨੀ ਸਖੀਏ ਪ੍ਰਭ ਪਾਇਆ ਹੋਂ ਤਿਨ ਕੈ ਸਤ ਬਲਿਹਾਰ, ਨਾਨਕ ਹਰ ਜੀ ਮਾਇਆ ਕਰ। ਹੇ ਵਾਹਿਗੁਰੂ ਤੂੰ ਮੇਰੇ 'ਤੇ ਤਰਸ ਕਰ, ਮੇਰੇ 'ਤੇ ਬਖਸ਼ਿਸ਼ ਕਰ, ਸ਼ਬਦ ਮਿਲਾ ਬਣਹਾਰ, ਇਹ ਜਿਹੜਾ ਤੇਰਾ ਨਾਮ ਹੈ ਨਾ, ਇਹ ਜਿਹੜਾ ਤੇਰਾ ਸ਼ਬਦ ਹੈ ਮੈਨੂੰ ਮਿਲਾ ਲਏਗਾ, ਇਹ ਬਖਸ਼ਿਸ਼ ਕਰ ਦੇਗਾ, ਇਹ ਮੇਰੇ 'ਤੇ ਤਰਸ ਕਰ ਦੇਗਾ। ਅਤੇ ਫਿਰ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਸਾਵਣ ਤਿਨਾਂ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਅਤੇ ਸਾਵਣ ਉਹਨਾਂ ਵਾਸਤੇ ਜਿਹੜੀਆਂ ਸੁਹਾਗਣਾਂ ਨੇ, ਇਹ ਬੜਾ ਸੋਹਣਾ ਆ, ਸੁਹਾਵਣਾ ਆ, ਜਿਨ੍ਹਾਂ ਦੇ ਹਿਰਦੇ ਵਿੱਚ ਇਹ ਰਾਮ ਨਾਮ ਉਰਹਾਰ, ਰਾਮ ਨਾਮ ਦਾ ਹਾਰ ਬਣਿਆ ਆ, ਮਤਲਬ ਜਿਨ੍ਹਾਂ ਨਾਲ ਵਿਸਰਾ ਨਾਮ ਉਹਨਾਂ ਦੀ ਗੱਲ ਕੀਤੀ ਹੈ, ਜਿਨ੍ਹਾਂ ਨੂੰ ਸਾਹਿਬ ਜੀ ਕਹਿੰਦੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਜਿਨ੍ਹਾਂ ਨੂੰ ਸਾਹਿਬ ਨੇ ਕਿਹਾ ਸੀ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨਮੰਤ, ਧੰਨ ਸੀ ਸੀ ਨਾਨਕਾ ਪੂਰਨ ਸੋਈ ਸੰਤ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ ਅੰਦਰ ਵੀ ਉਹ ਗੁਰਸਿੱਖਾਂ ਵਾਲੀ ਸ਼ਮਤਾ, ਉਹਨਾਂ ਵਾਲਾ ਸੁਭਾਅ, ਉਹਨਾਂ ਵਰਗੀ ਰਹਿਮਤ ਜੋ ਗੁਰੂ ਨਾਨਕ ਸਾਹਿਬ ਨੇ ਉਹਨਾਂ 'ਤੇ ਕੀਤੀ, ਜੋ ਬਖਸ਼ਿਸ਼ ਉਹਨਾਂ 'ਤੇ ਕੀਤੀ, ਸਾਡੇ ਉੱਪਰ ਵੀ ਹੋ ਜਾਏ। ਜਿਹਨੂੰ ਸਾਹਿਬ ਨੇ ਕਿਹਾ ਸੀ ਕਿ ਚਰਨ ਕਮਲ ਸੋ ਪਿਆਰ, ਜਿਨ੍ਹਾਂ ਦਾ ਮਨ ਤਨ ਰੱਤਾ ਸੱਚ ਰੰਗ, ਜਿਨ੍ਹਾਂ ਦਾ ਇੱਕੋ ਨਾਮ ਆਧਾਰ, ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਕਿ ਵਿਖਿਆ ਰੰਗ ਕੂੜਾ ਪਿਆ, ਜਿਨ੍ਹਾਂ ਨੂੰ ਦਿਸਦਾ ਇਹ ਪਿਆ ਇਹ ਦੁਨੀਆ ਕਿ ਦਿਸਣ ਸੱਭੇ ਸ਼ਹਾਰ ਸਵਾਹ ਤੋਂ ਬਿਨਾਂ ਹੈ ਕੁਝ ਨਹੀਂ, ਜਿਨ੍ਹਾਂ ਦੇ ਅੰਦਰ ਇਹ ਤਾਕਤ ਆ ਗਈ, ਜਿਨ੍ਹਾਂ ਨੂੰ ਇਹ ਗੱਲ ਪਤਾ ਲੱਗ ਗਿਆ ਕਿ ਹਰ ਅੰਮ੍ਰਿਤ ਬੂੰਦ ਸੁਹਾਵਣੀ, ਇਹ ਬੜੀ ਪਿਆਰੀ ਚੀਜ਼ ਹੈ, ਪਤਾ ਵੀ ਲੱਗ ਗਿਆ ਮਿਲੇਗੀ ਕਿੱਥੋਂ, ਮਿਲ ਸਾਧੂ ਪੀਵਨਹਾਰ। ਅਤੇ ਜਿਨ੍ਹਾਂ ਦੇ ਅੰਦਰ ਇਹ ਗੱਲ ਸਮਝ ਪੈ ਗਈ ਕਿ ਜੋ ਅਸੀਂ ਵੇਖਦੇ ਹਾਂ ਵਣ ਤ੍ਰਿਣ ਪ੍ਰਭ ਸੰਗ ਮੌਲਿਆ, ਅਤੇ ਜਿਹਨੇ ਬਣਾਇਆ ਸਮਰੱਥ ਪੁਰਖਾ ਪਾਰ, ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਪੈ ਗਈ, ਸਾਹਿਬ ਜੀ ਕਹਿੰਦੇ ਨੇ ਰਾਮ ਨਾਮ ਉਰਹਾਰ, ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦੀ ਜਿਹੜੀ ਯਾਦ ਆ ਉਹ ਬਣ ਜਾਏਗੀ। ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਇਹ ਸਾਵਣ ਦਾ ਮਹੀਨਾ ਆਇਆ, ਅਸੀਂ ਹਿੰਦੂਆਂ ਵਾਂਗੂ ਸੰਗਰਾਂਦ ਨਹੀਂ ਮਨਾਉਂਦੇ, ਹਿੰਦੂ ਧਰਮ ਵਾਂਗੂ ਨਹੀਂ ਮਨਾਉਂਦੇ, ਕਿਉਂਕਿ ਉਹ ਸੂਰਜ ਦੀ ਪੂਜਾ ਕਰਦੇ, ਚੰਦਰਮਾ ਦੀ ਕਿਸੇ ਵੀ ਤਰੀਕੇ ਨਾਲ ਕਰਦੇ ਨੇ, ਉਹਨਾਂ ਨੂੰ ਉਹਨਾਂ ਦਾ ਮੁਬਾਰਕ ਹੈ। ਮੈਂ ਨਹੀਂ ਕਹਿੰਦਾ ਵੀ ਤੁਸੀਂ ਨਾ ਮਨਾਇਆ ਕਰੋ ਜੀ, ਜੋ ਕਰਨਾ ਤੁਸੀਂ ਕਰੋ, ਪਰ ਗੁਰਸਿੱਖੋ ਜੀ ਮਤਲਬ ਪੁਰਾਣੀ ਇੱਕ ਰਵਾਇਤ ਚੱਲੀ ਆ ਰਹੀ ਹੈ ਸਾਡੇ ਗੁਰਦੁਆਰਿਆਂ ਦੇ ਵਿੱਚ, ਜਿਸ ਵੀ ਤਰੀਕੇ ਨਾਲ ਇਹ ਰਵਾਇਤ ਆਈ, ਇਹਨੂੰ ਬੰਦ ਕਰਨ ਦੀ ਬਜਾਏ ਜੇ ਅਸੀਂ ਇਹਨੂੰ ਇੱਕ ਵੱਖਰਾ ਰੂਪ ਦੇ ਕੇ ਵੀ ਗੁਰਦੁਆਰੇ ਸੰਗਤ ਇਕੱਠੀ ਕਰਨੀ, ਵੈਸੇ ਤਾਂ ਲੋਕ ਆਉਂਦੇ ਨੇ ਡੇਲੀ ਜ਼ਿਆਦਾ ਗੁਰਦੁਆਰੇ, ਜੇ ਆਨੇ ਬਹਾਨੇ ਲੋਕ ਆਉਂਦੇ ਨੇ ਉਹਨਾਂ ਨੂੰ ਜੀ ਐਂ ਕਹੀਏ, ਗੁਰੂ ਨਾਲ ਜੋੜੀਏ, ਸ਼ਬਦ ਨਾਲ ਜੋੜੀਏ, ਉਹਨਾਂ ਨੂੰ ਦੱਸੀਏ ਕਿ ਹਰ ਚੀਜ਼ ਦਾ ਹੱਲ ਸ਼ਬਦ ਸਵਾਰਨ ਹਾਰ, ਸਤਿਗੁਰੂ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਜੀ ਬਖਸ਼ੋ, ਅਸੀਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।